ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਓ ਅਤੇ ਜਸ ਪੰਜਾਬੀ ਨੂੰ ਪਿਆਰ ਕਰਨ ਵਾਲਿਓ, ਮੈਂ ਤੁਹਾਡੀ ਹੋਸਟ ਅਤੇ ਤੁਹਾਡੀ ਦੋਸਤ ਮੰਜੂ ਵਾਲਿਆ ਤੁਹਾਡੇ ਆਪਣੇ ਸ਼ੋਅ ਟੋਕ ਟਾਈਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ, ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਕਰਦੀ ਹਾਂ। ਕਹਿੰਦੇ ਇੱਕ ਤਾਜ਼ਗੀ, ਇੱਕ ਅਹਿਸਾਸ ਅਤੇ ਇੱਕ ਖੂਬਸੂਰਤੀ ਅਤੇ ਇੱਕ ਆਸ ਅਤੇ ਇੱਕ ਆਸਥਾ ਅਤੇ ਇੱਕ ਵਿਸ਼ਵਾਸ ਨਾਲ ਜੇ ਆਪਾਂ ਸ਼ੁਰੂ ਕਰੀਏ ਆਪਣੇ ਦਿਨ ਦੀ ਸ਼ੁਰੂਆਤ, ਤਾਂ ਬਹੁਤ ਹੀ ਚੰਗਾ ਦਿਨ ਗੁਜ਼ਰਦਾ ਹੈਗਾ। ਇਸ ਟਾਈਮ ਕਿਤੇ ਸਵੇਰ ਹੈ, ਕਿਤੇ ਰਾਤ ਹੈ, ਕਿਸੇ ਕਿਤੇ ਦੁਪਹਿਰ ਹੈਗੀ ਹੈ, ਅਤੇ ਬਟ ਜਿੱਥੇ ਜਿੱਥੇ ਜਿੰਨਾ ਵੀ ਦਿਨ ਚੜਿਆ ਹੋਇਆ ਹੈ ਉਹਨਾਂ ਨੂੰ ਸਾਰਿਆਂ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ, ਆਦਾਬ ਕਹਿੰਦੀ ਹਾਂ, ਔਰ ਤੁਹਾਡੇ ਸਾਰੇ ਦਿਨ ਦੀ ਸ਼ੁਭਕਾਮਨਾ ਦੇ ਨਾਲ ਅੱਜ ਦਾ ਸ਼ੋਅ ਸ਼ੁਰੂ ਕਰਦੇ ਹਾਂ ਅਸੀਂ। ਬੁੱਲੇ ਸ਼ਾਹ ਨੇ ਇੱਕ ਬਹੁਤ ਹੀ ਵਧੀਆ ਗੱਲ ਕਹੀ ਹੈ ਕਿ ਬੁੱਲੇ ਸ਼ਾਹ ਇੱਥੇ ਸਭ ਮੁਸਾਫਿਰ, ਕਿਸੇ ਨਾ ਇੱਥੇ ਰਹਿਣਾ। ਬੁੱਲੇ ਸ਼ਾਹ ਇੱਥੇ ਸਭ ਮੁਸਾਫਿਰ, ਕਿਸੇ ਨਾ ਇੱਥੇ ਰਹਿਣਾ, ਆਪਣੋ ਆਪਣੀ ਵਾਟ ਮੁਕਾ ਕੇ ਸਭ ਨੂੰ ਉੱਡਣਾ ਪੈਣਾ, ਸਭ ਨੂੰ ਉੱਡਣਾ ਪੈਣਾ। ਸਭ ਨੂੰ ਉੱਡਣਾ ਪੈਣਾ ਦਾ ਮਤਲਬ ਇਹ ਹੈ ਕਿ ਆਪਾਂ ਆਪਣੇ ਆਪਣੇ ਇਸ ਸਰੀਰ ਨੂੰ ਜਿਹਨੂੰ ਅਸੀਂ ਆਪਾਂ ਲੈ ਕੇ ਆਏ ਹਾਂ ਇਸ ਜਨਮ ਦੇ ਵਿੱਚ, ਇਹਨੇ ਚਲੇ ਜਾਣਾ ਹੈ। ਪਰ ਉਸ ਤੋਂ ਪਹਿਲਾਂ ਕਿ ਆਪਾਂ ਇਹ ਸੋਚੀਏ ਕਿ ਆਪਾਂ ਸਾਰੀ ਜ਼ਿੰਦਗੀ ਸਾਡੀ ਨਿਕਲ ਜਾਂਦੀ ਹੈ, ਬੱਚਿਆਂ ਨੂੰ ਪਹਿਲਾਂ ਯੰਗ ਏਜ ਨਿਕਲ ਜਾਂਦੀ ਹੈ, ਮਾਂ ਬਾਪ ਦੇ ਸਾਏ ਦੇ ਵਿੱਚ, ਫਿਰ ਪਤੀ ਦੇ ਸਾਏ ਦੇ ਵਿੱਚ, ਫਿਰ ਬੱਚਿਆਂ ਦੇ ਸਾਏ, ਪਰ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ। ਜਦੋਂ ਅਸੀਂ ਆਪਣੇ ਆਪ ਨੂੰ ਭੁੱਲਣਾ ਸ਼ੁਰੂ ਕਰਦੇ ਹਾਂ, ਉਦੋਂ ਹੀ ਸਾਡੀ ਦੇਹ ਦੇ ਵਿੱਚ ਕਈ ਰੋਗਾਂ ਨੇ ਘੇਰਾ ਪਾ ਲੈਂਦੇ ਹੈਗੇ ਆ। ਮੈਨੂੰ ਯਾਦ ਹੈ ਕਿ ਇੱਕ ਵਾਰੀ ਕਿਸੇ ਨੇ ਕਿਹਾ ਸੀਗਾ ਕਿ ਜਦੋਂ ਰੱਬ ਦਾ ਬੁਲਾਵਾ ਆਉਂਦਾ ਹੈ ਤਾਂ ਉਹ ਕਿਸੇ ਨਾ ਕਿਸੇ ਬਹਾਨੇ ਤੁਹਾਨੂੰ ਬੁਲਾ ਲੈਂਦਾ। ਪਰ ਅਗਰ ਅਸੀਂ ਰੱਬ ਤੋਂ ਬਾਅਦ ਦੇਖੀਏ ਤਾਂ ਜਿਹੜੀ ਦੂਜੀ ਸ਼ਖਸੀਅਤ ਸਾਡੇ ਸਾਹਮਣੇ ਆਉਂਦੀ ਹੈਗੀ ਹੈ, ਉਹ ਹੁੰਦਾ ਡਾਕਟਰ, ਜਿਹਨੂੰ ਕਿ ਅਸੀਂ ਰੱਬ ਦਾ ਦਰਜਾ ਦਿੰਦੇ ਹਾਂ। ਅਤੇ ਚਲੋ ਮੈਂ ਤੁਹਾਨੂੰ ਅੱਜ ਇੱਕ ਐਸੇ ਹੀ ਸ਼ਖਸੀਅਤ ਨਾਲ ਮਿਲਵਾਉਂਦੇ ਹਾਂ ਜਿਹੜੇ ਕਿ ਡਾਕਟਰ ਨੇ, ਅਰੀਜ਼ੋਨਾ ਦੇ ਬਾਸ਼ਿੰਦੇ ਨੇ, ਅਤੇ ਇਹਨਾਂ ਨੇ ਆਪਣੀ ਫੀਲਡ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ ਹੈ। ਕਈ ਕੁਛ ਸਪੈਸ਼ਲਟੀ ਇਹਨਾਂ ਦੇ ਕੋਲ ਹੈਗੀਆਂ ਨੇ ਜਿਹੜੀਆਂ ਕਿ ਦੂਜੇ ਡਾਕਟਰਸ ਦੇ ਕੋਲ ਨਹੀਂ ਹੈਗੀਆਂ ਨੇ, ਪਰ ਇਹ ਆਪਾਂ ਉਹਨਾਂ ਦੀ ਜ਼ਬਾਨੀ ਹੀ ਸੁਣਨਾ ਚਾਹਵਾਂਗੇ। ਕਿ ਜ਼ਿਆਦਾ ਦੇਰ ਨਾ ਕਰਦੇ ਹੋਏ ਮੈਂ ਤੁਹਾਨੂੰ ਮਿਲਾਉਂਦੀ ਹਾਂ ਡਾਕਟਰ ਰਾਜਨ ਖੋਸਲਾ ਜੀ ਨਾਲ। ਸਤਿ ਸ਼੍ਰੀ ਅਕਾਲ ਡਾਕਟਰ ਰਾਜਨ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਟਾਕ ਟਾਈਮ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਮੇਰਾ ਪ੍ਰਣਾਮ ਤੇ ਸਤਿ ਸ਼੍ਰੀ ਅਕਾਲ ਆਦਾਬ। ਡਾਕਟਰ ਸਾਹਿਬ, ਅਸੀਂ ਤੁਹਾਡੇ ਤੋਂ ਤੁਹਾਡੇ ਹੀ ਬਾਰੇ ਗੱਲਾਂ ਕਰਾਂਗੇ, ਤੁਹਾਡੇ ਪ੍ਰੋਫੈਸ਼ਨ ਦੇ ਬਾਰੇ, ਤੁਹਾਡੇ ਬਚਪਨ ਦੇ ਬਾਰੇ, ਤੁਹਾਡੇ ਬਾਰੇ। ਤਾਂ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹੁੰਦੇ ਹਾਂ, ਮੇਰੇ ਦਰਸ਼ਕ ਵੀ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕਿੱਥੋਂ ਦੀ ਹੋ ਔਰ ਕਿੱਥੇ ਤੁਹਾਡੀ ਐਜੂਕੇਸ਼ਨ ਹੋਈ। ਮੇਰੀ ਜਨਮਾਇਸ਼ ਤੇ ਪੰਜਾਬ ਦੇ ਇੱਕ ਪਿੰਡ ਦੀ ਹੈਗੀ ਹੈ, ਕਾਲਾ ਅਫਗਾਨਾ ਪਿੰਡ ਹੈਗਾ ਇੱਕ ਜ਼ਿਲ੍ਹਾ ਗੁਰਦਾਸਪੁਰ 'ਚ, ਅਤੇ ਉੱਥੇ ਨਾਨਕੇ ਪੈਦਾ ਹੋਇਆ ਸੀਗਾ। ਅਤੇ ਮੇਰੇ ਜਿਹੜੇ ਨਾਨਾ ਜੀ ਸੀਗੇ ਉਹ ਉੱਥੇ ਪਿੰਡ ਦੇ ਵੈਦ ਸੀਗੇ, ਮੇਰੇ ਖਿਆਲ ਯੂਨਾਨੀ ਪ੍ਰੈਕਟਿਸ ਕਰਦੇ ਸੀਗੇ, ਪਰ ਉਹਨਾਂ ਦੇ ਇਲਾਵਾ ਸਾਡੇ ਕੋਈ ਅੱਗੇ ਪਿੱਛੇ ਰਿਸ਼ਤੇਦਾਰੀ 'ਚ ਕੋਈ ਡਾਕਟਰ ਨਹੀਂ ਸੀਗਾ। ਅਤੇ ਸਾਡੇ ਪੇਰੈਂਟਸ, ਮੇਰੇ ਪੇਰੈਂਟਸ ਚਾਹੁੰਦੇ ਸੀਗੇ ਕਿ ਅਸੀਂ ਮੈਡੀਕਲ ਲਾਈਨ 'ਚ ਜਾਈਏ, ਅਤੇ ਅਸੀਂ ਫਿਰ ਤਿੰਨੋਂ ਬ੍ਰਦਰ ਅਸੀਂ ਤਿੰਨੋਂ ਡਾਕਟਰੀ ਲਾਈਨ 'ਚ ਲੱਗ ਗਏ ਲਕੀਲੀ। ਅਤੇ ਜਦੋਂ ਸਿਸਟਰ ਦੀ ਵਾਰੀ ਆਈ ਉਹ ਸਭ ਤੋਂ ਛੋਟੀ ਸੀਗੀ, ਅਤੇ ਅਸੀਂ ਮੈਡੀਕਲ ਸਕੂਲ 'ਚ ਪਹਿਲੇ ਹੀ 1-2-3 ਸਾਲ ਲਾ ਚੁੱਕੇ ਸੀਗੇ, ਅਤੇ ਉਦੋਂ ਉਹਨੂੰ ਅਸੀਂ ਕਿਹਾ ਕਿ ਡੈਂਟਿਸਟਰੀ ਕਰ ਲੈ, ਦੈਟ ਵਿਲ ਬੀ ਈਜ਼ੀਅਰ ਫੋਰ ਯੂ, ਅਤੇ ਲੇਡੀਜ਼ ਲਈ ਔਰ ਈਜ਼ੀਅਰ, ਅਤੇ ਆਲਦੋ ਮੈਡੀਕਲ 'ਚ ਵੀ ਪ੍ਰੋਬਲਮ ਨਹੀਂ ਪਰ ਡੈਂਟਿਸਟਰੀ ਵੁੱਡ ਬੀ ਈਵਨ ਈਜ਼ੀਅਰ। ਅਤੇ ਉਹਨੇ ਫਿਰ ਡੈਂਟਿਸਟਰੀ ਕੀਤੀ, ਉਹ ਵੈਨਕੂਵਰ ਹੈਗੀ ਹੈ, ਅਤੇ ਮੇਰੇ ਬ੍ਰਦਰ ਇੱਥੇ USA 'ਚ ਹੈਗੇ ਨੇ ਡਾਕਟਰ ਜੀ। ਅਤੇ ਤੁਸੀਂ ਕਿਹਾ ਕਿ ਤੁਸੀਂ ਗੁਰਦਾਸਪੁਰ ਦੇ ਨਾਲ ਇੱਕ ਪਿੰਡ ਦੇ ਵਿੱਚ ਤੁਹਾਡਾ ਜਨਮ ਹੋਇਆ, ਉਸ ਤੋਂ ਬਾਅਦ ਤੁਹਾਡੀ ਐਜੂਕੇਸ਼ਨ, ਅਰਲੀ ਐਜੂਕੇਸ਼ਨ ਕਿੱਥੇ ਹੋਈ, ਕਿਹੜੇ ਸਕੂਲ ਤੋਂ ਤੁਸੀਂ ਐਜੂਕੇਸ਼ਨ ਲਈ? ਹਾਂਜੀ, ਅਤੇ ਮੈਂ ਫਿਰ ਸਾਡਾ ਮਿਡਲ ਸਕੂਲ, ਹਾਈ ਸਕੂਲ ਵਗੈਰਾ ਅਤੇ ਗਾਜ਼ੀਆਬਾਦ ਸ਼ਹਿਰ ਹੈਗਾ ਦਿੱਲੀ ਦੇ ਸਬਰਬ ਇੱਕ,
ਤੇ ਉੱਥੇ ਹੀ ਕਨਵੈਂਟ ਸਕੂਲ 'ਚ ਕੀਤੀ ਅਸੀਂ 10ਵੀਂ ਤੱਕ, ਪਰ 10ਵੀਂ ਦੇ ਬਾਅਦ ਫਿਰ 11ਵੀਂ 12ਵੀਂ ਲਈ ਫਿਰ ਦਿੱਲੀ ਪਬਲਿਕ ਸਕੂਲ ਜਾਣਾ ਪਿਆ, ਅਤੇ ਦੈਟਸ ਵੈਰੀ ਫੇਮਸ ਸਕੂਲ ਇਨ ਦਿੱਲੀ, ਅਤੇ ਉੱਥੋਂ ਕਾਫੀ ਡਾਕਟਰ ਇੰਜੀਨੀਅਰ ਵਗੈਰਾ ਬਣਦੇ ਨੇ, ਅਤੇ ਗਾਜ਼ੀਆਬਾਦ 'ਚ ਵੀ ਮੈਨੂੰ ਪੂਰੇ ਡਿਸਟ੍ਰਿਕਟ 'ਚ ਗੋਲਡ ਮੈਡਲ ਮਿਲਿਆ ਸੀਗਾ ਬੋਰਡ ਹਾਈ ਸਕੂਲ 'ਚ, ਅਤੇ ਉਹਦੇ ਬਾਅਦ ਫਿਰ ਦਿੱਲੀ 'ਚ ਮੈਡੀਕਲ ਸਕੂਲ ਕੀਤਾ, ਦਿੱਲੀ ਯੂਨੀਵਰਸਿਟੀ ਦੇ 4 ਮੈਡੀਕਲ ਸਕੂਲ ਸੀਗੇ ਉੱਥੇ, ਯੂਨੀਵਰਸਿਟੀ ਕਾਲਜ 'ਚ ਮੀ ਐਂਡ ਮਾਈ ਬ੍ਰਦਰ ਦੋ ਅਸੀਂ ਦੋਨਾਂ ਨੇ ਕੀਤਾ, ਮੇਰੇ ਛੋਟੇ ਬ੍ਰਦਰ ਨੇ ਮੌਲਾਨਾ ਆਜ਼ਾਦ ਤੋਂ ਕੀਤਾ ਅਤੇ ਮੇਰੀ ਵਾਈਫ ਨੇ ਲੇਡੀ ਹਾਰਡਿੰਗ ਤੋਂ ਕੀਤਾ, ਅਤੇ ਅਸੀਂ ਦਿੱਲੀ ਦੇ ਪੜ੍ਹੇ ਹੋਏ ਨੇ, ਅਤੇ ਫਿਰ ਇੱਥੋਂ ਫਿਰ ਇੱਥੇ ਆਇਆ, ਅਤੇ ਇੱਥੇ ਯੂਨੀਵਰਸਿਟੀ ਆਫ ਮਜ਼ੂਰੀ ਕੋਲੰਬੀਆ ਇੱਕ ਸ਼ਹਿਰ ਹੈਗਾ, ਉੱਥੇ ਯੂਨੀਵਰਸਿਟੀ ਹੈਗੀ ਮਜ਼ੂਰੀ ਦੀ ਚੰਗੀ, ਉੱਥੇ ਇੰਟਰਨਲ ਮੈਡੀਸਿਨ ਰੈਜ਼ੀਡੈਂਸੀ 3 ਸਾਲ ਲਾਏ, ਫਿਰ ਗੈਸਟਰੋਐਂਟਰੋਲੋਜੀ ਲਈ ਹੋਰ 3 ਸਾਲ ਟ੍ਰੇਨਿੰਗ ਕਰਨੀ ਪੈਂਦੀ ਹੈ ਅਤੇ ਪ੍ਰੋਸੀਜਰਸ ਵਗੈਰਾ ਕਰਨੇ ਸਿੱਖਣੇ ਪੈਂਦੇ, ਅਤੇ ਉਹਦੀ ਯੂਨੀਵਰਸਿਟੀ ਆਫ ਯੂਟਾ 'ਚ ਮਿਲੀ ਮੈਨੂੰ, ਵਿਚ ਵਾਜ਼ ਈਵਨ ਬੈਟਰ ਦੈਨ ਮਿਜ਼ੂਰੀ, ਅਤੇ ਦੈਨ ਆਈ ਡਿਡ ਪ੍ਰੈਕਟਿਸ 4 ਈਅਰਸ ਉੱਥੇ ਸਾਲਟ ਲੇਕ ਸਿਟੀ 'ਚ ਯੂਟਾ, ਫਿਰ ਉਹਦੇ ਬਾਅਦ ਹੁਣ 16 ਸਾਲ ਐਰੀਜ਼ੋਨਾ 'ਚ ਲਾਏ ਨੇ ਪ੍ਰੈਕਟਿਸ 'ਚ, ਅਤੇ ਹੁਣ ਤਾਂ ਬਾਲ ਸਾਰੇ ਚਿੱਟੇ ਹੋ ਗਏ ਨੇ ਕੰਮ ਕਰਦੇ ਕਰਦੇ ਡਾਕਟਰੀ ਦਾ, ਐਕਸਪੀਰੀਅੰਸ ਬਹੁਤ ਐਕਸਪੀਰੀਅੰਸ ਹੋ ਜਾਂਦਾ ਜੀ। ਡਾਕਟਰ ਸਾਹਿਬ, ਦਿੱਲੀ ਤੋਂ ਚੱਲ ਕੇ USA ਦਾ ਸਫ਼ਰ ਕਿੱਦਾਂ ਰਿਹਾ ਤੁਹਾਡੇ ਆਪਣੇ ਹੀ ਵਿਚਾਰ ਦੇ ਨਾਲ? ਬਹੁਤ ਸੋਹਣਾ ਰਿਹਾ ਕਿਉਂਕਿ ਸਾਡੇ ਕਲੀਗ ਹੈਗੇ ਬਥੇਰੇ ਇਸ ਲਾਈਨ 'ਚ ਜਿਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਆਈਆਂ ਸੀਗੀਆਂ, ਕਦੀ ਵੀਜ਼ਾ ਦੀ ਮੁਸ਼ਕਲ ਆਉਂਦੀ ਸੀਗੀ ਅਤੇ ਟੈਸਟ ਵਗੈਰਾ ਪਾਸ ਕਰਨੇ ਹੁੰਦੇ ਸੀਗੇ USMLE ਦੇ, ਅਤੇ ਮੁਸ਼ਕਲਾਂ ਵੀ ਆਈਆਂ ਸੀਗੀਆਂ, ਪਰ ਹੁਣ ਪਿੱਛੇ ਦੀ ਸੋਚਦਾ ਬੰਦਾ ਤਾਂ ਲੱਗਦਾ ਕਿ ਕਿਵੇਂ ਕਿਤੇ, ਪਰ ਹੁਣ ਕਿਉਂਕਿ ਹੁਣ ਉਮਰ ਹੋ ਜਾਂਦੀ ਹੈ ਅਤੇ ਫਿਰ ਐਨਰਜੀ ਲੈਵਲ ਥੋੜ੍ਹੇ ਕੰਮ ਲੱਗਦੇ ਨੇ, ਬਟ ਉਸ ਟਾਈਮ ਅਸੀਂ ਸਾਰੇ ਮੁਸ਼ਕਲਾਂ ਤੋਂ ਪਾਰ ਕਰਕੇ ਐਗਜ਼ਾਮਸ ਵਗੈਰਾ ਦੇ ਕੇ, ਅਤੇ ਪਹਿਲੇ ਐਗਜ਼ਾਮ ਹੁੰਦਾ ਸੀਗਾ FMGEMS ਕਰਕੇ, ਫਿਰ ਉਹਨਾਂ ਨੇ ਉਹ ਬੰਦ ਕਰਤਾ, ਫਿਰ USMLE ਕਰਤਾ, ਅਸੀਂ ਦੋਨੋਂ ਪਾਸ ਕੀਤੇ, ਦੁਬਾਰਾ ਕਰਨੇ ਪਏ USMLE, ਅਤੇ ਫਿਰ ਇੱਥੇ ਪਰ ਜਰਨੀ ਅੱਛੀ ਰਹੀ ਸਾਡੀ, ਅਤੇ ਮੇਰੀ ਵਾਈਫ ਸਾਈਕਾਇਟ੍ਰਿਸਟ ਹੈਗੀ ਹੈ, ਪਰ ਉਹਨਾਂ ਨੇ ਇੰਡੀਆ 'ਚ ਕਰ ਲਈ ਸੀਗੀ ਸਾਈਕਾਇਟ੍ਰੀ ਰੈਜ਼ੀਡੈਂਸੀ, ਅਤੇ ਰੈਜ਼ੀਡੈਂਸੀ ਦੇ ਬਾਹਰੇ ਬਾਹਰੋਂ ਕਰਕੇ ਆਓ ਤਾਂ ਇੱਥੇ ਦੁਬਾਰਾ ਕਰਨੀ ਪੈਂਦੀ ਹੈ, ਅਤੇ ਮੈਨੂੰ ਨਹੀਂ ਕਰਨੀ ਪਈ, ਪਰ ਉਹਨਾਂ ਨੂੰ ਦੁਬਾਰਾ ਸਾਈਕਾਇਟ੍ਰੀ ਕਰਨੀ ਪਈ, ਅਤੇ ਉਸੇ ਚੱਕਰ 'ਚ ਅਸੀਂ ਯੂਟਾ ਤੋਂ ਅਰੀਜ਼ੋਨਾ ਵੀ ਮੂਵ ਹੋਏ, ਬਟ ਇਟਸ ਬੀਨ ਨਾਈਸ, ਆਈ ਕੈਨ ਨਾਟ ਕੰਪਲੇਨ, ਹਾਂਜੀ ਕੋਈ ਮੈਨੂੰ ਕੋਈ ਨਹੀਂ ਹੈਗੀ ਗਿਲਾ ਸ਼ਿਕਵਾ, ਕੋਈ ਨਹੀਂ, ਬਹੁਤ ਵਧੀਆ ਰਿਹਾ। ਡਾਕਟਰ ਸਾਹਿਬ, ਤੁਸੀਂ ਸਪੈਸ਼ਲਟੀ ਕੀਤੀ GI ਦੇ ਵਿੱਚ, GI ਦੇ ਨਾਲ ਦਾ ਕੀ ਮਤਲਬ ਹੋਇਆ? GI ਇਜ਼ ਗੈਸਟਰੋ ਇੰਟੈਸਟਾਈਨਲ ਟ੍ਰੈਕਟ, ਅਤੇ ਗੈਸਟਰੋ ਐਂਟਰੋਲੋਜਿਸਟ ਕਹਿੰਦੇ ਹਾਂ ਸਾਨੂੰ, ਅਤੇ ਅਸੀਂ ਗੈਸਟਰੋ ਮੀਨਸ ਲਿਟਰਲੀ ਮੀਨਸ ਸਟਮਕ, ਅਤੇ ਐਂਟਰੋਲੋਜੀ ਮੀਨਸ ਬਾਵਲ, ਅਤੇ ਲੇਕਿਨ ਹੋਰ ਵੀ ਸਾਡੇ ਸਪੈਸ਼ਲਿਟੀਜ਼ ਆ ਜਾਂਦੇ, ਲਿਵਰ ਡਿਜ਼ੀਜ਼ ਹੈਪੇਟੋਲੋਜੀ ਉਹਨੂੰ ਕਹਿੰਦੇ ਆ, ਅਤੇ ਗਾਲ ਬਲੈਡਰ ਡਿਜ਼ੀਜ਼, ਇਸਾਫਿਗਸ ਪ੍ਰੋਬਲਮ ਜਿਹੜੀ ਫੂਡ ਪਾਈਪ ਦੀ ਪ੍ਰੋਬਲਮ ਹੈਗੀ ਹੈ, ਅਤੇ ਰੈਕਟਲ ਕੰਡੀਸ਼ਨਸ ਹੈਗੀਆਂ, ਹੈਮਰੋਇਡਸ ਟਾਈਪ ਦੀ, ਫਿਸਟਲਾ ਹੈਮਰੋਇਡਸ ਵਗੈਰਾ ਦੀ, ਅਤੇ ਉਹ ਸਾਰਾ ਸਾਡੇ ਡਿਪਾਰਟਮੈਂਟ 'ਚ ਬੜਾ ਕੁਛ ਆ ਜਾਂਦਾ, ਅਤੇ ਇੰਨੀ ਬਿਮਾਰੀਆਂ ਹੈਗੀਆਂ ਗੈਸਟਰੋ ਇੰਟੈਸਟਾਈਨਲ ਸਿਸਟਮ ਦੀ ਕਿ ਡਾਕਟਰ ਸਾਹਿਬ ਮੈਂ ਤੁਹਾਨੂੰ ਪੁੱਛਦੀ ਹਾਂ, GI ਇਹਦਾ ਕਿੱਥੋਂ ਸ਼ੁਰੂ ਹੁੰਦੀ ਹੈ ਸਾਡੀ ਬਾਡੀ ਦੇ ਵਿੱਚ ਅਤੇ ਕਿੱਥੇ ਖਤਮ ਹੁੰਦੀ ਹੈ, ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ। ਹਾਂਜੀ, ਤੇ GI ਟ੍ਰੈਕਟ ਸਟਾਰਟਸ ਫਰੋਮ ਦ ਮਾਊਥ, ਫਰੋਮ ਵੇਅਰ ਫੂਡ ਅਸੀਂ ਲੈਂਦੇ ਹਾਂ ਖਾਣਾ, ਅਤੇ ਫਿਰ ਫੂਡ ਪਾਈਪ 'ਚ ਜਾਂਦਾ ਹੈ, ਉਹਨੂੰ ਇਸਾਫਗਸ ਕਹਿੰਦੇ ਆ ਫੂਡ ਪਾਈਪ ਨੂੰ, ਫਿਰ ਟਿਊਬ ਜਿਹੀ ਹੁੰਦੀ ਹੈ ਫੂਡ ਪਾਈਪ, ਅਤੇ ਉਹਦੇ ਬਾਅਦ ਥੱਲੇ ਸਟਮਕ ਆ ਜਾਂਦੀ ਹੈ, ਫਿਰ ਉਹ ਬੈਗ ਜਿਹਾ ਹੁੰਦਾ ਟੂ ਹੋਲਡ ਦ ਫੂਡ, ਅਤੇ ਉਹਦੇ ਬਾਅਦ ਸਮਾਲ ਇੰਟੈਸਟਾਈਨ ਜਿਹਨੂੰ ਛੋਟੀ ਆਂਤ ਕਹਿੰਦੇ ਆ ਉਹ ਸ਼ੁਰੂ ਰਹਿੰਦੀ ਹੈ, ਉਹ 20 ਫੀਟ ਦੀ ਹੁੰਦੀ ਹੈਗੀ ਛੋਟੀ ਆਂਤ, ਉਹਦੇ ਬਾਅਦ ਫਿਰ ਆਉਂਦਾ ਕੋਲਨ ਜਿਹੜੀ ਵੱਡੀ ਆਂਤ, ਅਤੇ ਵੱਡੀ ਆਂਤ ਜਿਹੜੀ ਹੈ ਉਹ 6 ਫੀਟ ਦੀ ਕਰੀਬ ਹੁੰਦੀ ਹੈ, ਅਤੇ ਦੈਨ ਇਟ ਐਂਡਸ ਇਨ ਦ ਰੈਕਟਮ, ਰੈਕਟਮ ਅਤੇ ਫਿਰ ਉਹਦੇ ਬਾਅਦ ਫਿਰ ਐਲੀਮੀਨੇਸ਼ਨ ਰਹਿੰਦੀ ਹੈ ਸਟੂਲ ਦੀ, ਅਤੇ ਹੈ ਤਾਂ ਲੰਬਾ ਸਫ਼ਰ ਪਰ ਐਂਡ ਕੰਪਲੀਕੇਟਿਡ। ਜਿੱਥੇ ਤੱਕ ਮੈਨੂੰ ਯਾਦ ਹੈਗਾ ਕਿ ਔਰ ਜਿੱਥੇ ਤੱਕ ਅਸੀਂ ਸਮਝਦੇ ਹਾਂ, ਜਿੱਥੇ ਤੱਕ ਮੇਰੇ ਦਰਸ਼ਕ ਵੀ ਸੋਚਦੇ ਹੋਣਗੇ ਕਿ GI ਨੂੰ ਇਕੱਲਾ ਪੇਟ ਦਾ ਹੀ ਡਾਕਟਰ ਕਹਿੰਦੇ ਕਿ ਸਟਮਕ ਦਾ ਹੀ ਡਾਕਟਰ ਹੈ, ਅੱਜ ਸਾਨੂੰ ਔਰ ਮੈਂ ਹੋਪ
ਕਿ ਮੇਰੇ ਦਰਸ਼ਨ ਹੋਈ। ਅੱਜ ਸਾਨੂੰ ਇਹ ਪਹਿਲੀ ਵਾਰ ਪਤਾ ਚੱਲਿਆ ਕਿ ਜੀ ਆਈ ਜਿਹੜੀ ਤੁਹਾਡੇ ਇੱਥੋਂ ਮਾਊਥ ਤੋਂ ਸ਼ੁਰੂ ਹੁੰਦੀ ਹੈ ਔਰ ਤੁਹਾਡੇ ਕੋਲਨ ਤੱਕ ਜਾਂਦੀ ਹੈਗੀ ਹੈ। ਅਤੇ ਡਾਕਟਰ ਸਾਹਿਬ, ਤੁਸੀਂ ਜੀ ਆਈ ਦੇ ਵਿੱਚ ਹੀ ਕਿਉਂ ਸਪੈਸ਼ਲਟੀ ਕੀਤੀ, ਕਿਉਂ ਨਹੀਂ ਤੁਸੀਂ ਕਿਸੇ ਹੋਰ ਦੇ ਵਿੱਚ ਗਈ? ਵਟ ਮੇਕਸ ਯੂ ਟੂ ਡੂ ਦੈਟ? ਹਾਂਜੀ, ਸਾਡੇ ਮਰੀਜ਼ ਵੀ ਪੁੱਛਦੇ ਨੇ ਕਿ ਤੁਸੀਂ ਇਹ ਕਿਹੜੀ ਫੀਲਡ ਲਈ ਹੈ, ਅਤੇ ਕੁਛ ਲੋਕ ਸੋਚਦੇ ਨੇ ਮੁਸ਼ਕਿਲ ਹੋਣੀ ਹੈ ਜਾਂ ਭੈੜੀ ਹੋਣੀ ਹੈ, ਬਟ ਜੀ ਆਈ 'ਚ ਇੰਨਾ ਸਕੋਪ ਹੈਗਾ ਹੈ ਮਰੀਜ਼ਾਂ ਨੂੰ ਦੇਖਣ ਦਾ ਅਤੇ ਠੀਕ ਕਰਨ ਦਾ, ਕਿਉਂਕਿ ਬਹੁਤ ਲੋਕਾਂ ਨੂੰ ਐਸਿਡ ਰੀਫਲਕਸ ਹੈਗੀ ਹੈ, ਫਿਰ ਫੈਟੀ ਲਿਵਰ ਹੈਗਾ 30% ਲੋਕਾਂ ਨੂੰ, ਅਤੇ ਉਹਦੇ ਬਾਅਦ ਇਰਟੇਬਲ ਬਾਵਲ IBS ਜਿਹਨੂੰ ਕਹਿੰਦੇ ਆ ਉਹ ਵੀ 20% ਲੋਕਾਂ ਨੂੰ ਹੈਗੀ ਹੈ, ਫਿਰ ਕੋਲਨ ਕੈਂਸਰ ਆਉਂਦਾ, ਫਿਰ ਉਹ 'ਚ ਸੈਕਿੰਡ ਕਾਮਨ ਕੈਂਸਰ ਹੈਗਾ, ਲੰਗ ਕੈਂਸਰ ਨੰਬਰ 1 ਹੈਗਾ, ਕੋਲਨ ਨੰਬਰ 2 ਹੈਗਾ, ਅਤੇ ਇਸ ਲਈ ਫਿਰ ਕੋਲਨਾਸਕੋਪੀ ਬਿਜ਼ੀ ਰਹਿੰਦੀ ਹੈ, ਪਰ ਰੱਬ ਨੇ ਚੰਗੇ ਹੱਥ ਦਿੱਤੇ ਸੀਗੇ ਅਤੇ ਸਕਿੱਲਸ ਅੱਛੇ ਨੇ ਕੋਲਨਾਸਕੋਪੀ ਐਂਡਾਸਕੋਪੀ ਕਰਨ ਲਈ, ਅਤੇ ਉਹਦੇ ਨਾਲ ਫਿਰ ਅਸੀਂ ਟਿਊਮਰਸ ਵਗੈਰਾ ਛੋਟੇ ਅਰਲੀ ਸਟੇਜ 'ਤੇ ਕੱਢ ਲੈਂਦੇ ਹਾਂ ਬਿਫੋਰ ਇਟ ਗੋਜ਼ ਟੂ ਕੋਲਨ ਕੈਂਸਰ। ਤੇ ਮੇਰੇ ਪ੍ਰੋਸੀਜਰਸ ਲਈ ਆਈ ਵਾਸ ਵੈਰੀ ਪ੍ਰੋਫੀਸ਼ੀਐਂਟ ਪ੍ਰੋਸੀਜਰਸ ਵਗੈਰਾ 'ਚ, ਅਤੇ ਇਸ ਲਈ ਫਿਰ ਗੈਸਟਰੋਐਂਟਰੋਲੋਜੀ ਦੀ ਫੀਲਡ 'ਚ ਮੈਨੂੰ ਸਮਝ ਵੀ ਚੰਗੀ ਆ ਗਈ ਸੀਗੀ ਅਤੇ ਇੰਟਰਸਟ ਵੀ ਸੀਗਾ, ਅਤੇ ਫਿਰ ਪੇਸ਼ੈਂਟ ਨੂੰ ਵੀ ਕਾਫੀ ਇਹਨੂੰ ਜਿਹੜੇ ਕੇਸ ਸੋਲਵ ਨਹੀਂ ਸੀਗੇ ਉਹਨੂੰ ਵੀ ਸੋਲਵ ਕਰ ਸਕਦੇ ਹਾਂ। ਜੀ ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਬਈ ਜੀ ਆਈ ਇੱਥੋਂ ਸ਼ੁਰੂ ਹੁੰਦੀ ਹੈ ਤੁਹਾਡੇ ਮੂੰਹ ਤੋਂ, ਅਤੇ ਇਹ ਆਪਾਂ ਆਪਾਂ ਇਸ ਪਾਰਟ ਦੀ ਗੱਲ ਕਰਦੇ ਹਾਂ ਆਪਾਂ ਹੁਣ, ਜੇ ਇੱਥੇ ਕੋਈ ਪ੍ਰੋਬਲਮ ਹੈ ਤਾਂ ਕਿੱਦਾਂ ਪਤਾ ਚੱਲਦਾ ਹੈ ਕਿ ਸਾਨੂੰ ਜੀ ਆਈ ਦੀ ਪ੍ਰੋਬਲਮ ਹੈ? ਆਪਾਂ ਤਾਂ ਜੀ ਆਈ ਦੇ ਡਾਕਟਰ ਨੂੰ ਪੇਟ ਦਾ ਹੀ ਡਾਕਟਰ ਕਹਿੰਦੇ ਹਾਂ, ਪਰ ਜੇ ਇੱਥੇ ਕੋਈ ਪ੍ਰੋਬਲਮ ਹੈਗੀ ਹੈ ਉਹਦੇ ਸਿੰਪਟਮ ਕੀ ਆ ਜਾਂਦੇ ਨੇ? ਇਹ ਕਾਮਨ ਤੇ ਹੈਗਾ ਕਿ ਹਾਰਟ ਬਰਨ, ਜਿਹੜਾ ਖੱਟੇ ਡਕਾਰਾਂ, ਤੇ ਰਿਗਰਜੀਟੇਸ਼ਨ ਮਤਲਬ ਸਟਮਕ ਦੇ ਜਿਹੜੇ ਖਾਣਾ ਪੀਣਾ ਖਾਇਆ ਸੀਗਾ ਉਹਦੇ ਡਕਾਰਾਂ ਨੇ, ਤੇ ਮੂੰਹ 'ਚ ਵੀ ਟੇਸਟ ਆ ਜਾਂਦਾ ਕਈ ਵਾਰੀ, ਉਹਦੇ ਨਾਲ ਕਦੀ ਕਦੀ ਐਸਥਮਾ ਵੀ ਹੋ ਸਕਦਾ, ਤੇ ਕੌਫਿੰਗ ਵਗੈਰਾ ਵੀ ਹੋ ਸਕਦੀ ਹੈ, ਤੇ ਚੋਕਿੰਗ, ਜੇ ਇਨਫਲਮੇਸ਼ਨ ਸਵੈਲਿੰਗ ਜ਼ਿਆਦਾ ਹੋ ਜਾਏ ਫੂਡ ਪਾਈਪ 'ਚ, ਫਿਰ ਲੋਕਾਂ ਨੂੰ ਫੂਡ ਅਟਕਣ ਲੱਗ ਜਾਂਦਾ, ਦੈਨ ਉਹਨਾਂ ਨੂੰ ਪਾਣੀ ਪੀ ਪੀ ਕੇ ਵਾਸ਼ ਕਰਨਾ ਪੈਂਦਾ, ਫਿਰ ਇਸਾਫਿਗਸ ਕੈਂਸਰ ਵੀ ਹੋ ਜਾਂਦਾ ਕੁਛ ਲੋਕਾਂ ਨੂੰ, ਪਰ ਉਸ ਤੋਂ ਪਹਿਲੇ ਹੁੰਦਾ ਇੱਕ ਕੰਡੀਸ਼ਨ ਬੈਰਟਸ ਹੁੰਦੀ ਹੈ, ਉਹ ਪ੍ਰੀ ਕੈਂਸਰਸ ਕੰਡੀਸ਼ਨ, ਤੇ ਜਿਹੜੇ ਮੈਨ ਹੈਗੇ ਆ ਬੰਦਿਆਂ ਨੂੰ ਜ਼ਿਆਦਾ ਹੁੰਦਾ ਬੈਰਟਸ, ਲੇਡੀਜ਼ ਨੂੰ ਕੰਮ। ਤੇ ਆਪਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ, ਔਰ ਬ੍ਰੇਕ ਤੋਂ ਬਾਅਦ ਫਿਰ ਇਹਨਾਂ ਨਾਲ ਗੱਲ ਕਰਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਹੈ। ਅਸੀਂ ਜੁੜੇ ਹੋਏ ਹਾਂ ਅਰਜ਼ੋਨਾ ਤੋਂ ਡਾਕਟਰ ਰਾਜਨ ਖੋਸਲਾ ਜੀ ਦੇ ਨਾਲ, ਅਤੇ ਕਹਿੰਦੇ ਨੇ ਕਿ ਬਈ ਚੰਗੀ ਸਿਹਤ ਅਤੇ ਚੰਗੀ ਸੋਚ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਹੈਗੀ ਹੈ। ਸੋਚ ਵੀ ਚੰਗੀ ਹੋਣੀ ਚਾਹੀਦੀ ਹੈ ਪਰ ਸਿਹਤ ਬਹੁਤ ਜ਼ਰੂਰੀ ਹੈ ਤੁਹਾਡੇ ਵਾਸਤੇ। ਤਾਂ ਆਪਾਂ ਗੱਲ ਕਰ ਰਹੇ ਸੀ ਡਾਕਟਰ ਰਾਜਨ ਜੀ ਦੇ ਨਾਲ। ਡਾਕਟਰ ਸਾਹਿਬ, ਆਪਾਂ ਜਿੱਥੇ ਖਤਮ ਕੀਤਾ ਸੀ ਉੱਥੋਂ ਸ਼ੁਰੂ ਕਰਦੇ ਹਾਂ। ਪੇਟ ਤੋਂ ਗੱਲ ਚੱਲ ਰਹੀ ਸੀ ਕਿ ਜਿਹੜਾ ਐਸਿਡ ਰਿਫਲੈਕਟ ਹੁੰਦਾ ਇਹਦਾ ਕਾਰਨ ਕੀ ਹੈਗਾ? ਐਸਿਡ ਰੀਫਲਕਸ ਦਾ ਮੇਨ ਕਾਰਨ ਹੈ ਕਿ ਐਸ ਵੀ ਏਜ, ਉਮਰ ਨਾਲ ਸਾਡਾ ਜਿਹੜਾ ਲੋਅਰ ਇਸਾਫੇਜੀਅਲ ਸਪਿੰਕਟਰ ਹੁੰਦਾ ਇੱਕ ਸਪਿੰਕਟਰ, ਉਹ ਲੈਕਸ ਹੋ ਜਾਂਦਾ, ਕਮਜ਼ੋਰ ਹੋ ਜਾਂਦਾ, ਅਤੇ ਜੇ ਅਸੀਂ ਵਜਨ ਵੱਧ ਜਾਂਦਾ ਸਾਡਾ ਟੰਮੀ ਅਤੇ ਸਟਮਕ ਨੂੰ ਪੁਸ਼ ਕਰਦਾ, ਅਤੇ ਫਿਰ ਐਸਿਡ ਰੀਫਲਕਸ ਵੱਧ ਜਾਂਦੀ ਹੈ, ਅਤੇ ਜੇ ਅਸੀਂ ਸ਼ਰਾਬ ਜਾਂ ਸਿਗਰਟ ਪੀਂਦੇ ਹਾਂ ਤੇ ਉਹਦੇ ਨਾਲ ਹੋਰ ਜ਼ਿਆਦਾ ਹੋ ਜਾਂਦਾ ਰੀਫਲਕਸ, ਪਰ ਜਨਰਲੀ ਬੰਦਿਆਂ ਨੂੰ ਜ਼ਿਆਦਾ, ਲੇਡੀਜ਼ ਨੂੰ ਕੰਮ ਹੈਗਾ ਵੈਸੇ। ਜੀ 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 ਡਾਕਟਰ ਸਾਹਿਬ, ਡਾਕਟਰ ਸਾਹਿਬ ਤਾਂ ਆਪਾਂ ਹੁਣ ਜੇ ਗੱਲ ਕਰੀਏ ਆਪਾਂ ਇੱਥੋਂ ਚੱਲੇ ਕਿ ਇਹ ਸਾਰਾ ਮਸਲਾ ਪੇਟ ਦਾ ਹੀ ਹੈਗਾ, ਖਾਣ ਦਾ ਵੀ ਅਤੇ ਆਪਣਾ ਕਮਾਉਣ ਦਾ ਵੀ ਅਤੇ ਸਾਰਾ, ਅਤੇ ਜਦੋਂ ਐਸਿਡ ਰਿਫਲੈਕਸ ਉੱਪਰ ਨੂੰ ਜਾਂਦਾ ਹੈ ਉਹਦੇ ਨਾਲ ਤੁਹਾਡੀ ਬੋਡੀ ਦੇ ਕੋਈ ਹੋਰ ਵੀ ਪਾਰਟ ਹਰਟ ਹੁੰਦੇ? ਉਹਦੇ ਨਾਲ ਜੇ ਗਲੇ ਨੂੰ ਥੋੜ੍ਹਾ ਜਿਹਾ ਵੀ ਐਸਿਡ ਪਹੁੰਚੇ ਤੇ ਉਹਦੇ ਨਾਲ ਖੰਘ ਹੋ ਜਾਂਦੀ ਹੈ, ਕਰੋਨਿਕ ਕਾਫ ਖੰਘ ਹੋ ਜਾਂਦੀ ਹੈ, ਐਸਥਮਾ ਵੀ ਹੋ ਜਾਂਦਾ, ਇੱਕ 25% ਐਸਥਮਾ ਸ਼ਾਇਦ ਰੀਫਲਕਸ ਨਾਲ ਹੈਗਾ ਅਕੋਰਡਿੰਗ ਟੂ ਸਟੱਡੀਜ਼, ਤੇ ਸੋਰ ਥਰੋਟ ਜਿਹੜਾ ਗਲਾ ਦਰਦ ਰਹਿੰਦਾ ਹੈ ਜਾਂ ਫੀਲਿੰਗ ਰਹਿੰਦੀ ਹੈ ਕਿ ਇੱਥੇ ਕੁਛ ਹੈਗਾ ਹੈ, ਲੰਪ ਹੈਗਾ, ਗਲੋਬਸ ਅਸੀਂ ਕਹਿੰਦੇ ਹਾਂ ਉਹਨੂੰ, ਤੇ ਸਾਈਨਸ ਇਸ਼ੂਜ਼ ਵੀ ਹੋ ਸਕਦੀਆਂ ਉਹਦੇ ਨਾਲ,
ਤੇ ਕੈਂਸਰ ਤੇ ਕਮ ਹੈਗਾ ਦੇਸੀਆਂ ਚ ਪਰ ਇੱਥੇ ਬਥੇਰਾ ਇਸਾਫੇਜੀਅਲ ਕੈਂਸਰ ਦੇਖਿਆ ਸੀ ਉਹਦੇ ਨਾਲ ਜੀ ਡਾਕਟਰ ਸਾਹਿਬ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਲਿਵਰ ਦੀ ਕਈ ਵਾਰੀ ਡਾਕਟਰਾਂ ਦੇ ਕੋਲ ਜਾਈਦਾ ਉਹ ਕਹਿ ਦਿੰਦੇ ਨੇ ਫੈਟੀ ਲਿਵਰ ਹੈ ਫੈਟੀ ਲਿਵਰ ਹੈ ਇਹਦਾ ਕੀ ਰੀਜ਼ਨ ਹੈਗਾ ਤੇ ਇਹਦੇ ਕੀ ਸਾਈਡ ਇਫੈਕਟ ਹੈਗੇ ਨੇ ਤੇ ਫੈਟੀ ਲਿਵਰ ਆਲਮੋਸਟ 30% ਲੋਕਾਂ ਨੂੰ ਫੈਟੀ ਲਿਵਰ ਹੈਗਾ ਐਟਲੀਸਟ US ਕੈਨੇਡਾ ਚ ਤੇ ਕਾਮਨ ਕਾਜ਼ ਜਿਹੜੇ ਹੈਗੇ ਨੇ ਉਹ ਹੈਗਾ ਜੇ ਵਜਨ ਵੱਧਦਾ ਹੈ ਜਾਂ ਕੋਲੇਸਟ੍ਰੋਲ ਵੱਧਦਾ ਹੈ ਜਾਂ ਸ਼ੂਗਰ ਵੱਧਦੀ ਹੈ ਤੇ ਚੌਥਾ ਕਾਜ਼ ਹੈਗਾ ਜੇ ਦਾਰੂ ਸ਼ਰਾਬ ਦਾ ਯੂਜ਼ ਜ਼ਿਆਦਾ ਹੋਏ ਤੇ ਫੈਟੀ ਲਿਵਰ ਇੰਨਾ ਕਾਮਨ ਹੈਗਾ ਕਿ ਫਾਰਮਾਸਿਊਟੀਕਲ ਕਾਫੀ ਟਾਈਮ ਦੇ ਰਹੇ ਕੋਸ਼ਿਸ਼ ਕਰਦੇ ਪਏ ਨੇ ਇਹਦੇ ਲਈ ਕੋਈ ਮੈਡੀਸਿਨ ਬਣਾਈਏ ਪਿਲ ਬਣਾਈਏ ਲੇਕਿਨ 20 ਸਾਲਾਂ 'ਚ ਅਜੇ ਤੱਕ ਕੋਈ ਸਕਸੀਡ ਨਹੀਂ ਹੋਇਆ ਮੇ ਬੀ ਬਿਕੋਜ਼ ਦਾ ਸ਼ਾਇਦ ਕੋਈ ਹੋਰ ਐਂਗਲ ਹੈਗਾ ਇਹਦਾ ਜਿਹੜਾ ਮੈਡੀਸਿਨ ਨਾਲ ਨਹੀਂ ਹੋਏਗਾ ਤੇ ਅਜੇ ਤੇ ਟ੍ਰੀਟਮੈਂਟ ਸਿਰਫ ਹੈਗਾ ਕਿ ਤੁਸੀਂ ਆਪਣਾ ਵਜ਼ਨ ਕੰਟਰੋਲ ਕਰੋ ਸ਼ੂਗਰ ਅਤੇ ਕੋਲੈਸਟ੍ਰੋਲ ਅਤੇ ਸ਼ਰਾਬ ਦਾ ਅਵੋਇਡ ਕਰੋ ਤੇ ਉਹਦੇ ਇਲਾਵਾ ਮੈਂ ਦੇਖਿਆ ਆਪਣੇ ਐਕਸਪੀਰੀਅੰਸ 'ਚ ਕਿ ਕਾਫੀ ਫੈਟੀ ਲਿਵਰ ਵਾਲਿਆਂ ਨੂੰ ਬਾਊਲ ਟ੍ਰਬਲ ਹੈਗੀ ਹੈ ਇਨਫਲਮੇਸ਼ਨ ਹੈਗੀ ਹੈ ਗੱਟ 'ਚ ਤੇ ਸਾਰਾ ਬਲੱਡ ਫਲੋ ਜਿਹੜਾ ਹੈਗਾ ਬਾਵਲਸ ਤੋਂ ਇੰਟੈਸਟਾਈਨ ਆਤਾਂ 'ਚੋਂ ਉਹ ਸਾਰਾ ਬਲੱਡ ਫਲੋ ਪਹਿਲੇ ਲਿਵਰ ਨੂੰ ਜਾਂਦਾ ਲਿਵਰ ਹੈਗਾ ਵੱਡਾ ਫਿਲਟਰ ਹੈਗਾ ਮੇਨ ਫਿਲਟਰ ਤੇ ਉਹ ਸਾਰੀ ਫਿਲਟਰ ਕਰਦਾ ਤੇ ਸੈਪਰੇਟ ਕਰਦਾ ਕਿ ਗੁੱਡ ਬੈਡ ਐਂਡ ਅਗਲੀ ਨੂੰ ਸੈਪਰੇਟ ਕਰਦਾ ਤੇ ਜੇ ਬਾਊਲ ਇਨਫਲਮੇਸ਼ਨ ਹੋਏ ਤੇ ਲਿਵਰ ਇਨਵੋਲਵਮੈਂਟ ਲਾਜ਼ਮੀ ਹੈ ਤੇ ਫੈਟੀ ਲਿਵਰ ਅਸੀਂ ਪਹਿਲੇ ਕਹਿੰਦੇ ਸੀਗੇ ਮਰੀਜ਼ਾਂ ਨੂੰ 10 ਸਾਲ ਪਹਿਲੇ ਕਿ ਵੇਟ ਲੂਜ਼ ਕਰੋ ਤੇ ਇੰਪਰੂਵ ਹੋ ਜਾਏਗਾ ਤੇ ਅਸੀਂ ਉਹਨਾਂ ਨੂੰ ਫਿਰ ਭੁੱਲ ਜਾਂਦੇ ਸੀਗੇ ਟਰੈਕ ਵੀ ਨਹੀਂ ਕਰਦੇ ਸੀਗੇ ਫਿਰ ਅਸੀਂ ਦੇਖਿਆ 10% ਲੋਕਾਂ ਨੂੰ ਐਟਲੀਸਟ ਸਿਰੋਸਿਸ ਹੋ ਗਿਆ ਜਿਹੜਾ ਫੈਟ ਹੈਗਾ ਫੈਟ ਨਾਲ ਇਨਫਲਮੇਸ਼ਨ ਆਉਂਦੀ ਹੈ ਇਨਫਲਮੇਸ਼ਨ ਨਾਲ ਸਕਾਰਿੰਗ ਆਉਂਦੀ ਹੈ ਤੇ ਲਿਵਰ ਸਿਰੋਸਿਸ ਹੋ ਜਾਂਦਾ ਵਿਚ ਇਜ਼ ਅ ਵੈਰੀ ਡ੍ਰੈਡਫੁਲ ਕੰਡੀਸ਼ਨ ਉਹਦੇ ਨਾਲ ਫਿਰ ਲਿਵਰ ਜੇ ਕੰਮ ਨਹੀਂ ਕਰਦਾ ਤਾਂ ਫਿਰ ਬਹੁਤ ਕੁਛ ਮੁਸ਼ਕਲ ਆ ਜਾਂਦੀਆਂ ਨੇ ਪਰ ਜੇ ਅਸੀਂ ਫੈਟੀ ਲਿਵਰ ਨੂੰ ਇੰਪਰੂਵ ਕਰਨ ਦਾ ਤਰੀਕਾ ਲੱਭ ਲਈਏ ਤੇ ਸਿਰੋਸਿਸ ਕੰਮ ਹੋ ਜਾਏਗਾ ਲਿਵਰ ਦਾ ਅੱਜ ਕੱਲ੍ਹ ਪਹਿਲੇ ਹੈਪੇਟਾਈਟਿਸ ਸੀ ਸੀਗਾ ਜਿਹੜਾ ਲੀਡਿੰਗ ਕੌਜ਼ ਸੀਗਾ ਸਿਰੋਸਿਸ ਦਾ ਹੁਣ ਫੈਟੀ ਲਿਵਰ ਹੈਗਾ ਬਿਕੋਜ਼ ਆਫ ਓਬੇਸਿਟੀ ਐਪੀਡੈਮਿਕ ਲੋਕਾਂ ਨੂੰ ਵਜ਼ਨ ਬਹੁਤ ਵੱਧ ਗਿਆ ਹੈਗਾ ਉਹਦੇ ਨਾਲ ਡਾਇਬੀਟੀਜ਼ ਕੋਲੈਸਟ੍ਰੋਲ ਨਾਲ ਹੀ ਨਾਲ ਵੱਧਦਾ ਹੈ ਫਿਰ ਉਹ ਲਿਵਰ ਡਿਜ਼ੀਜ਼ ਵੱਧਦੀ ਪਈ ਹੈ ਜੀ ਡਾਕਟਰ ਸਾਹਿਬ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਤੁਸੀਂ ਹੁਣੇ ਕਿਹਾ ਕਿ ਫੈਟੀ ਲਿਵਰ ਵਾਸਤੇ ਹਲੇ ਤੱਕਨ ਕੋਈ ਦਵਾਈ ਨਹੀਂ ਬਣੀ ਯੂ ਨੋ ਇਹਦੇ ਪਿੱਛੇ ਕੀ ਰੀਜ਼ਨ ਹੈਗਾ ਕਿ ਅਸੀਂ ਹੀ ਆਪਣੀ ਬਾਡੀ ਨੂੰ ਖਰਾਬ ਕਰਦੇ ਹਾਂ ਪਰ ਜਿਵੇਂ ਹਰ ਇੱਕ ਚੀਜ਼ ਲਈ ਦਵਾਈ ਬਣੀ ਹੈ ਤੇ ਇਹਦੇ ਲਈ ਦਵਾਈ ਕਿਉਂ ਨਹੀਂ ਬਣੀ ਮਤਲਬ ਇਹਦਾ ਕੀ ਰੀਜ਼ਨ ਕੀ ਹੈਗਾ ਜਿਹੜੇ ਦਵਾਈਆਂ ਜਿਹੜੀ ਰਿਸਰਚ ਉਹਦੇ ਫੈਟੀ ਲਿਵਰ ਦੀ ਫੋਕਸਡ ਹੈਗੀ ਹੈ ਉਹ ਸਾਰੀ ਹੈਗੀ ਹੈ ਕਿ ਜਿਹੜੀ ਡਾਇਬੀਟੀਜ਼ ਵਾਲੀ ਦਵਾਈਆਂ ਨਾਲ ਕੀ ਫਰਕ ਪੈਂਦਾ ਹੈ ਕੋਲੈਸਟ੍ਰੋਲ ਵਾਲੀ ਦਵਾਈਆਂ ਨਾਲ ਕੀ ਫਰਕ ਪੈਂਦਾ ਹੈ ਅਸੀਂ ਲੋਕਾਂ ਨੂੰ ਕਹਿੰਦੇ ਰਹਿੰਦੇ ਹਾਂ ਕਿ ਕੋਲੈਸਟ੍ਰੋਲ ਸ਼ੂਗਰ ਅਤੇ ਵੇਟ ਕੰਟਰੋਲ ਕਰੋ ਪਰ ਮੈਨੂੰ ਲੱਗਦਾ ਹੈ ਪਰਸਨਲੀ ਕਿ ਗੱਟ ਇਨਫਲਮੇਸ਼ਨ ਆਤਾਂ 'ਚ ਜਿਹੜੀ ਇਨਫਲਮੇਸ਼ਨ ਹੁੰਦੀ ਹੈ ਉਹਦਾ ਇੰਪੈਕਟ ਹੈਗਾ ਅਤੇ ਹੁਣ ਸਾਨੂੰ ਰਿਸਰਚ ਨੂੰ ਪਤਾ ਲੱਗ ਰਿਹਾ ਹੈ ਕਿ ਜਿਹੜੇ ਗੱਟ 'ਚ ਜਿਹੜਾ ਬਾਇਓਮ ਹੈਗਾ ਗੱਟ 'ਚ ਜਿਹੜੇ ਬੈਕਟੀਰੀਆ ਅੱਛੇ ਵਾਲੇ ਬੈਕਟੀਰੀਆ ਰਹਿੰਦੇ ਨੇ ਉਹਦੇ ਨਾਲ ਓਬੇਸਿਟੀ ਦਾ ਅਤੇ ਲਿੰਕ ਬਹੁਤ ਤਗੜਾ ਹੈਗਾ ਤੇ ਪ੍ਰੋਬਾਇਓਟਿਕ ਜਿਹੜੇ ਹੈਗੇ ਨੇ ਉਹਨਾਂ ਨੇ ਹੁਣ ਕਈਆਂ ਨੇ ਯੂਜ਼ ਕਰਨੇ ਸ਼ੁਰੂ ਕੀਤੇ ਨੇ ਉਹਦੇ ਨਾਲ ਲਿਵਰ ਨੂੰ ਵੀ ਕੁਛ ਫਾਇਦਾ ਦੇਖਿਆ ਹੈਗਾ ਤੇ ਉਹਦੇ ਨਾਲ ਬਾਵਲ ਇਨਫਲਮੇਸ਼ਨ ਨੂੰ ਤੇ ਫਾਇਦਾ ਹੈ ਤੇ ਪ੍ਰੋਬਾਇਓਟਿਕ ਅਜੇ ਵੀ ਕਲੈਰੀਫਾਈਡ ਨਹੀਂ ਹੈਗਾ ਪਰ ਕਈ ਸਾਇੰਟਿਸਟ ਉਹਦੇ ਫੇਵਰ 'ਚ ਨੇ ਕਈ ਕਹਿੰਦੇ ਨੇ ਅਜੇ ਸਾਡੇ ਕੋਲ ਡਾਟਾ ਨਹੀਂ ਤੇ ਅਸੀਂ ਕਹਿ ਨਹੀਂ ਸਕਦੇ ਪਰ ਹੈਗਾ ਲਿੰਕ ਗੱਟ ਦੇ ਨਾਲ ਸਾਰੀ ਕਾਫੀ ਬਿਮਾਰੀਆਂ ਦਾ ਲਿੰਕ ਹੈਗਾ ਲਿੰਕ ਹੈਗਾ ਆਪਾਂ ਹੁਣ ਆ ਜਾਈਏ ਆਪਾਂ ਡਾਕਟਰ ਸਾਹਿਬ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਬੈਠੇ ਹੋ ਕੁਛ ਖਾ ਲਓ ਉਸ ਤੋਂ ਬਾਅਦ ਪੇਟ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਦਰਦ ਸ਼ੁਰੂ ਹੁੰਦਾ ਹੈਗਾ ਕੀ ਉਹਦਾ ਲਿੰਕ ਵੀ ਫੈਟੀ ਲਿਵਰ ਜਾਂ ਸਾਡੇ ਸਟਮਕ ਨਾਲ ਜਾਂ ਕੁਛ ਅੰਦਰ ਕੁਛ ਇਸ ਤਰ੍ਹਾਂ ਦਾ ਹੋ ਜਾਂਦਾ ਜਿਹਦੇ ਨਾਲ ਹੁੰਦਾ ਹੈਗਾ ਨਹੀਂ ਤਾਂ ਪੰਜਾਬੀ ਸਾਰੇ ਕਹਿੰਦੇ ਆ ਚੂਰਨ ਖਾ ਲਓ ਗੈਸ ਹੋ ਗਈ ਹੈ ਗੈਸ ਹੋ ਗਈ ਹੈ ਅਤੇ ਮਤਲਬ ਦੂਜੇ ਵੀ ਕਹਿੰਦੇ ਨੇ ਮੈਂ ਨਹੀਂ ਕਹਿੰਦੀ ਕਿ ਇਕੱਲੇ ਪੰਜਾਬੀ ਕਹਿੰਦੇ ਨੇ ਵੀ ਸਾਰੇ ਹੀ ਕਹਿੰਦੇ ਨੇ ਗੈਸ ਹੋ ਗਈ ਹੈ ਇਹ ਇਹਦੇ ਬਾਰੇ ਕੁਛ ਤੁਸੀਂ ਚਾਨਣਾ ਪਾਉਣਾ ਚਾਹੋਗੇ ਹਾਂਜੀ ਜਿਹੜਾ ਢਿੱਡ ਪੀੜ ਤੁਸੀਂ ਪਹਿਲੇ ਮੈਂਸ਼ਨ ਕੀਤਾ ਢਿੱਡ ਪੀੜ ਦੇ ਤੇ ਕਾਜ਼ਸ ਕਾਫੀ ਜ਼ਿਆਦਾ ਨੇ
ਤੇ ਕਿਹੜੀ ਲੋਕੇਸ਼ਨ ਬੈਲੀ ਚ ਕਿੱਥੇ ਢਿੱਡ ਪੀੜ ਹੈਗਾ ਉਹਦੇ ਨਾਲ ਅਸੀਂ ਵੀ ਕੈਨ ਗੈਸ ਤੇ ਨੈਰੋ ਡਾਊਨ ਤੇ ਉੱਥੇ ਟੈਸਟ ਡਾਇਰੈਕਟ ਕਰਦੇ ਹਾਂ ਕਿ ਜੇ ਰਾਈਟ ਅਪਰ ਕਾਰਨਰ ਚ ਹੈਗਾ ਤੇ ਉੱਥੇ ਗਾਲ ਬਲੈਡਰ ਦਾ ਦਿਮਾਗ ਚ ਆਉਂਦਾ ਪਹਿਲੇ ਜੇ ਅਪਰ ਮਿਡਲ ਚ ਹੈਗਾ ਤੇ ਸਟਮਕ ਅਲਸਰ ਐਸਿਡ ਰੀਫਲਕਸ ਹਾਈਡਲ ਹਰਨੀਆ ਦਾ ਖਿਆਲ ਆਉਂਦਾ ਹੈ ਫਿਰ ਅਸੀਂ ਅਪਰ ਇੰਡੋਸਕੋਪੀ ਕਰਕੇ ਲੱਭਦੇ ਹਾਂ ਪਰ ਜਿਹੜੀ ਦੂਜੀ ਗੱਲ ਤੁਸੀਂ ਪੁੱਛੀ ਹੈ ਉਹ ਸਭ ਤੋਂ ਟ੍ਰਿਕੀ ਹੈਗੀ ਹੈ ਜਿਹੜੀ ਗੈਸ ਬਲੋਟਿੰਗ ਗੈਸ ਚੜ੍ਹਦੀ ਹੈ ਤੇ ਖਾਣ ਪੀਣ ਨਾਲ ਜਾਂ ਵੈਸੇ ਵੀ ਜਿਹੜੀ ਟੰਮੀ 'ਚ ਬਲੋਟਿੰਗ ਗੈਸ ਆਉਂਦੀ ਹੈ ਤੇ ਉਹਦਾ ਅੱਜ ਅਜੇ ਤੱਕ ਕੋਈ ਸਾਫ਼ ਹੈ ਨਹੀਂ ਐਂਡ ਇਟ ਇਜ਼ ਵੈਰੀ ਕਾਮਨ ਪ੍ਰੋਬਲਮ ਉਹਨੂੰ ਇਰੀਟੇਬਲ ਬਾਵਲ ਕਰਕੇ ਅਸੀਂ ਡਾਇਗਨੋਸ ਕਰਦੇ ਹਾਂ IBS ਤੇ ਉਹਦੀ ਥਿਓਰੀ ਹੈਗੀਆਂ ਨੇ ਕੁਛ ਕਹਿੰਦੇ ਉਹਨਾਂ ਨੂੰ ਕੁਛ ਲੋਕਾਂ ਨੂੰ ਢਿੱਡ ਪੀੜ ਵੀ ਆਉਂਦਾ ਉਹਦੇ ਨਾਲ ਪਰ ਦੇਸੀਆਂ ਨੂੰ ਇੰਟਰਸਟਿੰਗਲੀ ਪੀੜ ਜ਼ਿਆਦਾ ਨਹੀਂ ਕਹਿੰਦੇ ਕੰਪਲੇਨ ਨਹੀਂ ਕਰਦੇ ਮੇਰੇ ਖਿਆਲ ਪੇਨ ਟੋਲਰੈਂਸ ਵਧੀਆ ਹੈ ਸ਼ਾਇਦ ਪਰ ਗੈਸ ਉਹਨਾਂ ਨੂੰ ਵੀ ਦੇਸੀਆਂ ਨੂੰ ਬਹੁਤ ਜ਼ਿਆਦਾ ਹੁੰਦੀ ਹੈ ਪਰ ਪੇਨ ਨਹੀਂ ਕਹਿੰਦੇ ਉਹ ਕਹਿੰਦੇ ਪੇਟ ਦਰਦ ਨਹੀਂ ਹੁੰਦਾ ਡਾਕਟਰ ਸਾਹਿਬ ਪਰ ਗੈਸ ਬਹੁਤ ਹੁੰਦੀ ਹੈ ਤੇ ਇੱਥੋਂ ਚੱਲਦੀ ਹੈ ਤੇ ਜੋੜਾਂ 'ਚ ਵੀ ਜਾਂਦੀ ਹੈ ਤੇ ਸਿਰ 'ਚ ਵੀ ਜਾਂਦੀ ਹੈ ਤੇ ਡਾਕਟਰ ਸੋਚਦੇ ਨੇ ਕਿ ਇਹ ਕੀ ਗੱਲ ਕਰਦਾ ਹੈ ਤੇ ਕੋਈ ਕਨੈਕਸ਼ਨ ਹੀ ਨਹੀਂ ਪਰ ਐਕਚੁਲੀ ਕਨੈਕਸ਼ਨ ਹੈਗਾ ਹੈ ਜੇ ਤੇ ਗੱਠ 'ਚ ਬਾਵਲ 'ਚ ਜੇ ਇਨਫਲਮੇਸ਼ਨ ਹੋਏ ਸੂਜਨ ਹੋਏ ਉਹਦੇ ਨਾਲ ਸਾਰੀ ਬਾਡੀ ਨੂੰ ਇੰਪੈਕਟ ਹੋ ਸਕਦਾ ਹੈ ਖਾਸ ਕਰ ਛੋਟੀ ਅੰਤ ਜਿਹੜੀ ਹੈਗੀ ਹੈ 20 ਫੀਟ ਲੰਬੀ ਹੈਗੀ ਹੈ ਉੱਥੇ ਸਾਰਾ ਨਿਊਟ੍ਰੀਐਂਟਸ ਅਬਜ਼ੋਰਬ ਹੁੰਦੇ ਨੇ ਉੱਥੇ ਸਾਰਾ ਇਮਿਊਨ ਸਿਸਟਮ ਬਹੁਤ ਜ਼ਿਆਦਾ ਪੈਕਡ ਹੈਗਾ ਅਤੇ ਉਹ ਇਮਿਊਨ ਸਿਸਟਮ ਉਹਨੂੰ ਸਾਰਾ ਟਾਈਮ ਉਹ ਡੀਲ ਕਰਦਾ ਹੈ ਜਿਹੜਾ ਵੀ ਅਸੀਂ ਖਾਣਾ ਖਾਂਦੇ ਹਾਂ ਚਾਹੇ ਉਹ ਡੇਅਰੀ ਹੋਏ ਜਾਂ ਗਲੂਟਨ ਹੋਏ ਜਾਂ ਕੁਛ ਵੀ ਅਤੇ ਉਹਦੇ ਨਾਲ ਇਮਿਊਨ ਸਿਸਟਮ ਕਈ ਬੰਦਿਆਂ 'ਚ 20% ਲੋਕਾਂ 'ਚ ਐਕਟੀਵੇਟ ਜ਼ਿਆਦਾ ਹੋ ਜਾਂਦਾ ਇਨਫਲਮੇਸ਼ਨ ਹੋ ਜਾਂਦੀ ਹੈ ਅਤੇ ਜੇ ਛੋਟੀ ਅੰਤ 'ਚ ਇਨਫਲਮੇਸ਼ਨ ਹੋ ਜਾਏ ਤਾਂ ਤੁਹਾਡੀ ਡਾਈਜੈਸ਼ਨ ਬਹੁਤ ਫਰਕ ਪੈਂਦਾ ਅਤੇ ਸਾਰੀ ਬਾਡੀ ਨੂੰ ਵੀ ਫਰਕ ਪੈਂਦਾ ਕਿਉਂਕਿ ਇਮਿਊਨ ਸਿਸਟਮ ਇਨਫਲਮੇਸ਼ਨ ਜਿਹੜੀ ਹੈਗੀ ਹੈ ਅਤੇ ਤਾਂ ਹੀ ਉਹ ਚਰਕ ਨੇ ਲਿਖਿਆ ਸੀਗਾ ਆਯੁਰਵੇਦਾ 'ਚ ਲੌਂਗ ਟਾਈਮ ਅਗੋ ਕਿ ਬਾਡੀ ਦੇ ਕਾਫੀ ਸਾਰੇ ਜਿਹੜੀ ਬਿਮਾਰੀਆਂ ਉਹ ਇੰਟਸਟਾਈਨ 'ਚੋਂ ਆਉਂਦੀਆਂ ਨੇ ਆਂਤਾਂ 'ਚੋਂ ਆਉਂਦੀਆਂ ਨੇ ਅਤੇ ਸਮਾਲ ਜਿਹੜੀ ਛੋਟੀ ਅੰਤ ਜ਼ਿਆਦਾ ਮੁਸ਼ਕਿਲ ਹੈ ਸਾਡੇ ਲਈ ਕਿਉਂਕਿ ਅਸੀਂ ਅਪਰ ਸਕੋਪ ਕਰ ਲਈਏ ਜਾਂ ਕੋਲੋਨੋਸਕੋਪੀ ਕਰ ਲਈਏ ਵਿੱਚ ਸਟਿਲ 20 ਫੀਟ ਦੀ ਛੋਟੀ ਅੰਤ ਹੋ ਰਹੀ ਹੈ ਅਤੇ ਕੈਟ ਸਕੈਨ MRI ਵੀ ਦੇਖਦੇ ਨਹੀਂ ਸਾਫ਼ ਉਹਨੂੰ ਜੀ ਅਸੀਂ ਗੱਲ ਕਰ ਰਹੇ ਹਾਂ ਡਾਕਟਰ ਰਾਜਨ ਜੀ ਦੇ ਨਾਲ ਹਾਂ ਰਾਜਨ ਜੀ ਇੱਕ ਗੱਲ ਹੋਰ ਤੁਹਾਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਿਵੇਂ ਆਪਾਂ ਦੇ ਪੇਟ 'ਚ ਦਰਦ ਹੋਇਆ ਆਮ ਕਹਾਣੀਆਂ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਆਪਾਂ ਵੀ ਕਰਦੇ ਹਾਂ ਕਹਿੰਦੇ ਧਰਨ ਪੈ ਗਈ ਹੈਗੀ ਹੈ ਇਹ ਇਹ ਧਰਨ ਵੀ ਪੇਟ ਦੇ ਨਾਲ ਪਰ ਇਹ ਦੂਜਿਆਂ ਨੂੰ ਨਹੀਂ ਪੈਂਦੀ ਸਿਰਫ ਇੰਡੀਅਨ ਨੂੰ ਹੀ ਪੈਂਦੀ ਹੈਗੀ ਹੈ ਇਹਦੀ ਕੀ ਇਹਦੇ ਬਾਰੇ ਕੁਛ ਦੱਸਣਾ ਚਾਹੋਗੇ ਹਾਂਜੀ ਨਹੀਂ ਹੈ ਕਾਫੀ ਵਰਾਇਟੀ ਦੇ ਡਿਸਕ੍ਰਿਪਸ਼ਨ ਹੈਗੀ ਹੈ ਮਰੀਜ਼ਾਂ ਦੀ ਤੇ ਜਿਹੜੀ ਟੰਮੀ 'ਚ ਜਿਹੜੀ ਪ੍ਰੋਬਲਮ ਜਦੋਂ ਹੁੰਦੀ ਹੈ ਚਾਹੇ ਉਹ ਗੈਸ ਬੋਲੇ ਬੰਦਾ ਜਾਂ ਬਲੋਟਿੰਗ ਬੋਲੇ ਜਾਂ ਕ੍ਰੈਂਪਿੰਗ ਬੋਲੇ ਤੇ ਉਹਦਾ ਰੂਟ ਕੌਜ਼ ਕੀ ਹੈਗਾ ਜਿਹੜਾ ਅਸਲੀ ਕੌਜ਼ ਤੇ ਜਿਹੜਾ ਉਹਨੂੰ ਮੋਸਟਲੀ IBS ਕਰਕੇ ਅਸੀਂ ਮੈਂ ਇੱਥੇ ਆਉਣਾ ਚਾਹੁੰਦੀ ਸੀ ਹਾਂਜੀ IBS ਪਰ IBS ਦੇ ਰੂਟ ਕੌਜ਼ ਕਿਹੜਾ ਹੈਗਾ ਉਹ ਅਜੇ ਤੱਕ ਸਾਫ਼ ਨਹੀਂ ਹੋਇਆ ਕਈ ਡਾਕਟਰ ਕਹਿੰਦੇ ਨੇ ਕਿ ਸਟ੍ਰੈਸ ਐਂਗਜ਼ਾਇਟੀ ਨਾਲ ਹੈਗਾ ਤੇ ਕਈ ਕਹਿੰਦੇ ਨੇ ਫੂਡ ਐਲਰਜੀ ਹੈਗੀ ਹੈ ਗਲੂਟਨ ਨਾਲ ਡੇਅਰੀ ਨਾਲ ਐਲਰਜੀ ਹੈਗੀ ਹੈ ਕਈ ਕਹਿੰਦੇ ਹੈਗੇ ਨੇ ਸੀਬੋ ਸਮਾਲ ਇੰਟੈਸਟਾਈਨ ਬੈਕਟੀਰੀਅਲ ਓਵਰ ਗਰੋਥ ਮੀਨਿੰਗ ਉਹਦੇ 'ਚ ਬੈਕਟੀਰੀਆ ਗਲਤ ਵਾਲੇ ਜ਼ਿਆਦਾ ਹੋ ਗਏ ਨੇ ਸਮਾਲ ਬਾਵਲ 'ਚ ਅਤੇ ਉਹ ਐਂਟੀਬਿਓਟਿਕ ਦੇਣਾ ਚਾਹੁੰਦੇ ਨੇ ਅਤੇ ਇੱਕ ਹੋਰ ਥਿਊਰੀ ਹੈਗੀ ਹੈ ਇਨਫਲਮੇਸ਼ਨ ਕਿਉਂਕਿ ਇੱਕ IBS 'ਚ ਇਨਫਲਮੇਸ਼ਨ ਵੀ ਲੱਭੀ ਹੈਗੀ ਹੈ ਕੁਛ ਸਾਇੰਟਿਸਟ ਨੇ ਬਾਇਓਪਸੀਸ 'ਚ ਅਤੇ ਕੁਛ ਨੇ ਬਲੱਡ ਟੈਸਟ 'ਚ ਅਤੇ ਮੈਂ ਸਪੈਸ਼ਲੀ ਇਨਫਲਮੇਸ਼ਨ ਮੇਰੇ ਕੋਲ ਬਹੁਤ ਵੱਡਾ ਕਲੈਕਸ਼ਨ ਹੋ ਗਿਆ ਛੋਟੀ ਅੰਤ ਦੀ ਇਨਫਲਮੇਸ਼ਨ ਦਾ ਕਿਉਂਕਿ ਜਦੋਂ ਕੋਲੋਨੋਸਕੋਪੀ ਕਰਦਾ ਅਤੇ ਉਹਦੇ ਨਾਲ ਐਕਸਟਰਾ ਸਟੈਪ ਅੱਗੇ ਕਰਦਾ ਆਈਲੀਓਸਕੋਪੀ ਅਤੇ ਉਹ ਆਈਲੀਅਮ ਜਿਹੜਾ ਟਰਮੀਨਲ ਆਈਲੀਅਮ ਛੋਟੀ ਅੰਤ ਦਾ ਐਂਡ ਹੈਗਾ ਉਹ ਐਕਸੈਸੀਬਲ ਹੈਗਾ ਅਤੇ ਉੱਥੇ ਇਨਫਲਮੇਸ਼ਨ ਮਿਲ ਜਾਂਦੀ ਮੈਨੂੰ ਬਹੁਤ ਲੋਕਾਂ 'ਚ ਅਤੇ ਇਨਫਲਮੇਸ਼ਨ ਥਿਊਰੀ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਉਹਨੂੰ ਜਦੋਂ ਮੈਂ ਉਹਨਾਂ ਨੂੰ ਪ੍ਰੋਬਿਓਟਿਕ ਦਿੰਦਾ ਅਤੇ ਮੈਡੀਸਨ ਦਿੰਦਾ ਇਨਫਲਮੇਸ਼ਨ ਲਈ ਅਤੇ ਆਲਮੋਸਟ ਸਾਰਿਆਂ ਨੂੰ ਠੀਕ ਕਰ ਸਕਦੇ ਹਾਂ ਅਸੀਂ ਅਤੇ ਜਦੋਂ IBS ਲਾਈਨ ਆਫ ਟ੍ਰੀਟਮੈਂਟ ਦਿੰਦੇ ਹਾਂ ਬਾਈ ਦਾ ਬੁੱਕ ਤੇ ਬੜਾ ਡਿਸਅਪੋਇੰਟਿੰਗ ਰਿਜ਼ਲਟਸ ਹੈਗੇ ਨੇ ਡਾਕਟਰ ਸਾਹਿਬ ਇੱਕ ਮਿੰਟ ਤੁਸੀਂ ਹੁਣੇ ਕਿਹਾ ਕਿ ਜਦੋਂ ਤੁਸੀਂ ਛੋਟੀ ਆਤ ਨੂੰ ਚੈੱਕ ਕਰਦੇ ਹੈਗੇ ਹੋ ਤੇ ਤੁਸੀਂ ਥੋੜ੍ਹਾ ਜਿਹਾ ਹੋਰ ਮਤਲਬ ਉਹਦੇ ਐਂਡ ਤੱਕ ਵੀ ਜਾ ਸਕਦੇ ਹੋ
ਤੇ ਇਹਦੇ ਲਈ ਤੁਹਾਨੂੰ ਸਪੈਸ਼ਲ ਐਜੂਕੇਸ਼ਨ ਲੈਣੀ ਪੈਂਦੀ ਹੈ ਕਿ ਤੁਸੀਂ ਅੱਗੇ ਤੇ ਕਿ ਸਾਰੇ ਡਾਕਟਰਾਂ ਕੋਲ ਹੈਗੀ ਹੈ ਐਕਚੁਅਲੀ ਜਿਹੜੇ ਵੀ ਡਾਕਟਰ ਕੋਲਨਾਸਕੋਪੀ ਟ੍ਰੇਨਡ ਹੁੰਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਵੇਲੇ ਆਈਲੀਆਸਕੋਪੀ ਵੀ ਟ੍ਰੇਨਿੰਗ ਦੇਈ ਜਾਂਦੀ ਹੈ ਪਰ ਕੰਸਿਸਟੈਂਟਲੀ ਨਹੀਂ ਤੇ ਕੋਲਨਾਸਕੋਪੀ ਅਸੀਂ ਕਰਦੇ ਆ ਮੋਸਟਲੀ ਅੱਧੇ ਅੱਧੇ ਘੰਟੇ ਦੇ ਸ케ਡਿਊਲ ਤੇ ਤੇ ਮੋਸਟਲੀ ਕੋਲਨਾਸਕੋਪੀ ਕਰਦੇ ਆ ਟੂ ਰੂਲ ਆਊਟ ਕੋਲਨ ਪੋਲਿਪਸ ਐਂਡ ਕੈਂਸਰ ਤੇ ਕੋਲਾਈਡਸ ਪਰ ਸਾਡੇ ਕਲੀਗ ਜਨਰਲੀ ਆਈਲੀਆਸਕੋਪੀ ਨਹੀਂ ਕਰਦੇ ਆਦਤ ਹੀ ਨਹੀਂ ਹੈ ਨਾ ਉਹਨਾਂ ਨੂੰ ਲੱਗਦਾ ਹੈ ਕਿ ਇਰੀਟੇਬਲ ਬਾਵਲ 'ਚ ਹੋਰ ਵੀ ਕੋਈ ਕਾਰਨ ਹੋ ਸਕਦਾ ਹੈ ਇਨਫਲਮੇਸ਼ਨ ਹੋ ਸਕਦੀ ਹੈ ਅਸੀਂ ਉਸ ਐਸਪੈਕਟ 'ਤੇ ਅਸੀਂ ਸੋਚਦੇ ਨਹੀਂ ਅਤੇ ਅਸੀਂ ਸਾਡੀ ਟ੍ਰੇਨਿੰਗ ਹੈਗੀ ਹੈ ਗੈਸਟਰੋ ਡਾਕਟਰ ਦੀ IBS ਦੀ ਟ੍ਰੇਨਿੰਗ ਹੈਗੀ ਹੈ ਅਤੇ IBD IBS ਮੀਨਿੰਗ ਉਹ 'ਚ ਕੋਈ ਫਾਈਂਡਿੰਗ ਨਹੀਂ ਹੋਣੀ IBD ਮੀਨਿੰਗ ਕਿ ਹੈਵੀ ਇਨਫਲਮੇਸ਼ਨ ਹੋਣੀ ਹੈ ਪਰ ਐਕਚੁਲੀ ਮੋਸਟ ਪੀਪਲ ਆਰ ਇਨ ਦ ਮਿਡਲ ਆਫ ਦਿਸ ਸਪੈਕਟ੍ਰਮ ਜ਼ਿਆਦਾਤਰ ਲੋਕਾਂ ਨੂੰ ਥੋੜ੍ਹੀ ਫਾਈਂਡਿੰਗ ਹੈਗੀ ਹੈ ਬਲੱਡ 'ਚ ਇਨਫਲਮੇਸ਼ਨ ਦੀ ਹੈਗੀ ਹੈ ਜਾਂ ਅਨੀਮੀਆ ਹੋ ਜਾਂਦਾ ਜਾਂ ਫਿਰ ਕੋਲਨਾਸਕੋਪੀ 'ਚ ਇਨਫਲਮੇਸ਼ਨ ਮਿਲਦੀ ਹੈ ਤੋ ਨਾ ਤਾਂ ਉਹ IBS ਹੈਗੇ ਨੇ ਨਾ ਉਹ IBD ਹੈਗੇ ਨੇ ਤੇ ਉਹ ਜਦੋਂ ਵਿਚਕਾਰ ਹੁੰਦੇ ਆ ਤਾਂ ਫਿਰ ਸਾਨੂੰ ਉਹ 'ਚ ਟ੍ਰੇਨਿੰਗ ਹੈ ਨਹੀਂ ਖਾਸ ਜੀ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਆਪਾਂ ਜੁੜੇ ਹੋਏ ਡਾਕਟਰ ਰਾਜਨ ਖੋਸਲਾ ਜੀ ਨਾਲ ਜਿਹੜੇ ਕਿ ਸਾਡੇ ਅਰਜੁਨਾ ਦੇ ਵਿੱਚ ਰਹਿਣ ਵਾਲੇ ਹੈਗੇ ਨੇ ਅਤੇ ਇਹਨਾਂ ਦੇ ਨਾਲ ਸਿਹਤ ਦੇ ਉੱਤੇ ਤੁਹਾਡੇ ਸਟਮਕ ਦੇ ਉੱਤੇ ਗੱਲ ਕਰ ਰਹੇ ਹਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ ਤੁਹਾਡੇ ਮਤਲਬ ਦੀਆਂ ਗੱਲਾਂ ਨੇ ਮੇਰੇ ਵੀ ਮਤਲਬ ਦੀ ਗੱਲ ਹੈ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ ਆਪਾਂ ਹੁਣ ਗੱਲ ਕਰ ਰਹੇ ਸੀ IBS ਦੀ ਤੇ ਇਹ IBS ਤੇ ਛੋਟੀ ਆਂਤੜੀ ਦਾ ਕੀ ਰਿਸ਼ਤਾ ਹੈਗਾ ਇਹ ਰਿਸ਼ਤਾ ਗਹਿਰਾ ਹੈਗਾ ਪਰ ਛੋਟੀ ਆਂਤ ਜਿਹੜੀ ਹੈਗੀ ਹੈ ਉਹਦੇ ਟੈਸਟ ਸਾਡੇ ਕੋਲ ਅਜੇ ਵੀ ਵੀਕ ਹੈਗੇ ਨੇ ਤੇ ਕਿਉਂਕਿ ਪਹਿਲੇ ਜਿਵੇਂ ਮੈਂ ਦੱਸਦਾ ਸੀਗਾ ਕਿ ਜੇ ਅਸੀਂ ਅਪਰ ਐਂਡੋਸਕੋਪੀ ਕਰਦੇ ਹਾਂ ਅਪਰ ਸਿੰਪਟਮ ਲਈ ਤੇ ਕੋਲਨਾਸਕੋਪੀ ਲੋਅਰ ਵਾਲੀ ਕਰਦੇ ਹਾਂ ਬਾਵਲ ਸਿੰਪਟਮ ਲਈ ਜਾਂ ਪੋਲਿਪਸ ਲਈ ਉਹਦੇ ਦੋਨਾਂ ਟੈਸਟਾਂ ਦੇ ਵਿੱਚ ਅਜੇ ਵੀ 20 ਫੀਟ ਹੈਗੀ ਹੈ ਸਮਾਲ ਇੰਟੈਸਟਾਈਨ ਛੋਟੀ ਆਂਤ ਤੇ ਉਹਦੇ ਟੈਸਟ ਸਾਡੇ ਕੋਲ ਕੋਈ ਖਾਸ ਹੈ ਨਹੀਂ ਇੱਕ ਪਿਲ ਕੈਮਰਾ ਬੜਾ ਫੈਂਸੀ ਟੈਸਟ ਡਿਵੈਲਪ ਕੀਤਾ ਸੀਗਾ ਉਹ ਕਰੀਬ $500 ਦਾ ਕੈਪਸੂਲ ਤੁਸੀਂ ਸਵਾਲੋ ਕਰੋ ਤੇ ਟੈਸਟ ਤੇ ਆਸਾਨ ਹੈਗਾ ਕੈਪਸੂਲ ਅਪਰੂਵ ਹੋ ਜਾਂਦਾ ਇੰਸ਼ੋਰੈਂਸ ਤੋਂ ਜੇ ਜ਼ਿਆਦਾ ਲੋਡ ਹੋਏ ਜੇ ਬਲੀਡਿੰਗ ਹੋਏ ਅਨੀਮੀਆ ਹੋਏ ਢਿੱਡ ਪੀੜ ਲਈ ਨਹੀਂ ਕਰਦੇ ਅਪਰੂਵ ਬਲੋਟਿੰਗ ਗੈਸ ਲਈ ਨਹੀਂ ਕਰਦੇ ਤੇ ਉਹ ਕੈਪਸੂਲ ਜਿਹੜਾ ਹੈਗਾ ਉਹ ਹਰ ਸੈਕਿੰਡ 'ਚ 2 ਪਿਕਚਰ ਲੈਂਦਾ ਤੇ 8 ਘੰਟੇ ਦੀ ਬੈਟਰੀ ਲਾਈਫ 'ਚ ਉਹ 55,000 ਪਿਕਚਰਾਂ ਲੈਂਦਾ ਤੇ ਉਹਨੂੰ ਵੀਡੀਓ ਟੇਪ ਬਣ ਜਾਂਦਾ ਤੇ ਪੇਸ਼ੈਂਟ ਨੂੰ ਸਿਰਫ ਕੈਪਸੂਲ ਸਵਾਲੋ ਕਰਨਾ ਸਵੇਰੇ 8 ਵਜੇ ਤੇ ਬੈਲਟ 'ਚ ਇੱਕ ਰਿਕਾਰਡਰ ਰੱਖਣਾ ਬਸ ਤੇ 8 ਘੰਟੇ ਬਾਅਦ ਵਾਪਸ ਆ ਕੇ ਰਿਕਾਰਡਰ ਸਾਨੂੰ ਦਿੰਦੇ ਨੇ ਅਸੀਂ ਡਾਊਨਲੋਡ ਕਰ ਸਕਦੇ ਹਾਂ ਪਰ ਉਹ ਪਿਕਚਰਾਂ ਨੂੰ ਹੁਣ ਸਟੱਡੀ ਕਰਨ ਲਈ ਕੰਪਿਊਟਰ ਦੇ ਘੰਟਾ ਲੱਗ ਸਕਦਾ ਜੇ ਧਿਆਨ ਨਾਲ ਦੇਖਿਆ ਜਾਏ ਤੇ ਜ਼ਿਆਦਾਤਰ ਸਾਡੇ ਕਲੀਗਸ ਨਾਲ ਕਲੀਗਸ ਕੋਲ ਇੰਨਾ ਟਾਈਮ ਨਹੀਂ ਹੈ ਜਾਂ ਇੰਟਰਸਟ ਨਹੀਂ ਹੈ ਤੇ ਉਹ ਪਿਲ ਕੈਮਰਾ ਟੈਸਟ ਅਵੇਲੇਬਲ ਹੋਣ ਦੇ ਬਾਵਜੂਦ ਕੁਛ ਤੇ ਇੰਸ਼ੋਰੈਂਸ ਰਿਸਟ੍ਰਿਕਸ਼ਨ ਦੇ ਮਾਰੇ ਜਾਂ ਕੁਛ ਡਾਕਟਰਾਂ ਦੀ ਟਾਈਮ ਦੇ ਮਾਰੇ ਉਹ ਕਰਦੇ ਨਹੀਂ ਲੋਕੀ ਜ਼ਿਆਦਾ ਪਰ ਸਮਾਲ ਬਾਵਲ 'ਚ ਜਿਹੜੀ ਪਿਲ ਕੈਮ ਕੈਪਸੂਲ ਦੀ ਸਟੱਡੀ ਹੈਗੀ ਹੈ ਆਲਦੋ ਸਮਾਲਰ ਨੰਬਰਸ ਇੱਕ ਸਟੱਡੀ 'ਚ ਹੈਲਦੀ ਵਾਲੰਟੀਅਰਸ ਜਿਨ੍ਹਾਂ ਨੂੰ ਕੋਈ ਸਿਮਟਮ ਬਿਮਾਰੀ ਕੋਈ ਨਹੀਂ ਸੀਗੀ ਬਾਵਲ ਦੀ 20% ਲੋਕਾਂ 'ਚ ਉਹ ਪਿਲ ਕੈਮਰੇ ਨੇ ਇਨਫਲਮੇਸ਼ਨ ਲੱਭ ਲਈ ਛੋਟੀ ਛੋਟੀ ਥੋੜ੍ਹੀ ਸੀਗੀ ਡਿਜ਼ੀਜ਼ ਨਹੀਂ ਸੀਗੀ ਬਟ ਇਨਫਲਮੇਸ਼ਨ 20% ਲੋਕਾਂ ਨੂੰ ਤੇ 20% ਲੋਕ ਜਿਹੜੇ ਸਾਡੇ ਨੇੜੇ ਇਰੀਟੇਬਲ ਬਾਵਲ ਦੇ ਹੈਗੇ ਸੋਸਾਇਟੀ 'ਚ ਕੁਡ ਇਟ ਬੀ ਕਿ ਉਹਨਾਂ ਨੂੰ ਇਰੀਟੇਬਲ ਬਾਵਲ ਨਹੀਂ ਮੇ ਬੀ ਇਨਫਲਮੇਸ਼ਨ ਹੈ ਕੋਈ ਕਹਿ ਨਹੀਂ ਸਕਦਾ ਕਿਉਂਕਿ ਸਮਾਲ ਬਾਵਲ ਦੇ ਟੈਸਟ ਔਰ ਚੰਗੇ ਹੈ ਨਹੀਂ ਤੇ ਉਹ ਅੱਗੇ ਪਿਲ ਕੈਮਰਾ ਸਟੱਡੀਜ਼ ਵੀ ਬਹੁਤ ਜ਼ਿਆਦਾ ਨਹੀਂ ਹੈਗੀਆਂ ਇੱਕ ਚੀਜ਼ ਹੋਰ ਆਈ ਵੁੱਡ ਲਾਈਕ ਟੂ ਐਡ ਇੱਕ ਹੋਰ ਸਟੱਡੀ ਸੀਗੀ ਪਿਲ ਕੈਮਰਾ ਦੀ ਉਹਦੇ 'ਚ ਉਹਨਾਂ ਨੇ ਹੈਲਦੀ ਵਾਲੰਟੀਅਰਸ ਲਏ ਪਰ ਉਹਨਾਂ ਨੂੰ ਪਹਿਲੇ ਬੇਸਲਾਈਨ ਕੈਪਸੂਲ ਨਹੀਂ ਦਿੱਤਾ ਉਹਨਾਂ ਨੇ ਸਿਰਫ ਉਹਨਾਂ ਨੂੰ ਸੈਲੀਬ੍ਰੈਕਸ ਉਹਨਾਂ ਨੂੰ ਡਾਈਕਲੋਫਨੈਕ ਆਰਥਰਾਈਟਿਸ ਮੈਡੀਸਿਨ ਦਿੱਤੀ ਤੇ 2 ਹਫ਼ਤੇ ਬਾਅਦ ਪਿਲ ਕੈਮ ਦਿੱਤਾ 2 ਹਫ਼ਤੇ ਬਾਅਦ ਪਿਲ ਕੈਮ ਨੇ 70% ਲੋਕਾਂ 'ਚ ਇਨਫਲਮੇਸ਼ਨ ਦਿਖਾਈ 70% 2 ਹਫ਼ਤਾਂ 'ਚ ਆਰਥਰਾਈਟਿਸ ਮੈਡੀਸਿਨ ਨੇ 70% ਲੋਕਾਂ 'ਚ ਇਨਫਲਮੇਸ਼ਨ ਹੋ ਗਈ ਤੇ ਲੱਗਦਾ ਹੈਗਾ ਕਿ ਜਿਹੜੀ ਆਰਥਰਾਈਟਿਸ ਦੀ ਮੈਡੀਸਿਨ ਅਸੀਂ ਓਵਰ ਦਾ ਕਾਊਂਟਰ ਆਈਬੂਪ੍ਰੋਫੇਨ ਐਡਵਿਲ ਅਲੀਵ ਨੈਪਰੋਕਸਨ ਲੈਂਦੇ ਹਾਂ ਉਹਦੇ ਨਾਲ ਸਮਾਲ ਬਾਵਲ ਨੂੰ ਛੋਟੀਆਂ ਨੂੰ ਕਾਫੀ ਮੁਸ਼ਕਿਲ ਹੁੰਦੀ ਤਾਂ
ਡਾਕਟਰ ਸਾਹਿਬ, ਆਪਾਂ ਦੇਖਦੇ ਹਾਂ ਤਾਂ ਹਰ ਇੱਕ ਮੈਡੀਸਨ ਦਾ ਕੋਈ ਨਾ ਕੋਈ ਸਾਈਡ ਇਫੈਕਟ ਹੁੰਦਾ ਹੈ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਓਵਰ ਦਾ ਕਾਊਂਟਰ ਜਿਹੜੀਆਂ ਗੋਲੀਆਂ ਮਿਲਦੀਆਂ ਜਿਵੇਂ ਆਈਬੀਪ੍ਰੋਫੇਨ ਹੋ ਗਈ, ਇਹ ਹੋ ਗਈ, ਇਹਨਾਂ ਨੂੰ ਆਪਣੀ ਬੋਡੀ ਲਈ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ। ਹਾਂਜੀ, ਕੀ ਮੈਂ ਇੱਥੇ ਸਹੀ ਹਾਂ? ਹਾਂਜੀ ਬਿਲਕੁਲ ਸਹੀ ਹੋ। ਤੇ ਟੈਲਨੋਲ ਜਿਹੜੇ ਆਰਥਰਾਈਟਿਸ ਸਪੈਸ਼ਲਿਸਟ ਰੂਮਟੋਲੋਜਿਸਟ ਵੀ ਹੈਗੇ, ਉਹ ਵੀ ਕਹਿੰਦੇ ਫਰਸਟ ਲਾਈਨ ਆਫ ਟ੍ਰੀਟਮੈਂਟ ਟੈਲਨੋਲ ਲਓ ਜੋੜਾਂ ਲਈ। ਜੇ ਟੈਲਨੋਲ ਦਾ ਕੌਂਟਰਾਇੰਡੀਕੇਸ਼ਨ ਸਿਰਫ ਇੱਕੋ ਹੀ ਹੈਗਾ, ਜੇ ਤੁਹਾਡਾ ਲਿਵਰ ਡਿਜ਼ੀਜ਼ ਸਿਰੋਸਿਸ ਹੋਏ ਜਾਂ ਦਾਰੂ ਬਹੁਤ ਜ਼ਿਆਦਾ ਪੀਂਦੇ ਹੋਏ, ਤਾਂ ਫਿਰ ਟੈਲਨੋਲ ਉਹਦੇ ਨਾਲ ਮਿਕਸ ਨਹੀਂ ਠੀਕ। ਬਾਕੀ ਰੈਗੂਲਰ ਪੀਪਲ ਲਈ ਟੈਲਨੋਲ ਜਿਹੜੀ ਹੈਗੀ ਆ ਉਹ ਖਰਾਬ ਨਹੀਂ ਕਰੇਗੀ ਕਿਡਨੀਜ਼ ਨੂੰ ਜਾਂ ਬਾਵਲ ਨੂੰ। ਜੀ ਡਾਕਟਰ ਸਾਹਿਬ, ਕਈ ਬੰਦੇ ਕਹਿੰਦੇ ਨੇ ਕਿ ਸਾਨੂੰ ਤਾਂ ਟੈਲਨੋਲ ਸੂਟ ਹੀ ਨਹੀਂ ਕਰਦੀ, ਸਾਨੂੰ ਤਾਂ ਆਈਬੂਪ੍ਰੋਫੇਨ ਹੀ ਸੂਟ ਕਰਦੀ ਹੈ, ਤਾਂ ਉਹਦੇ ਉਹਨਾਂ ਨੂੰ ਫਿਰ ਕੀ ਕਰਨਾ ਚਾਹੀਦਾ ਹੈ? ਉਹ ਕਿਉਂ ਕਹਿੰਦੇ ਨੇ, ਕਿਉਂਕਿ ਟੈਲਨੋਲ ਹੈ ਤੇ ਸੇਮ ਕੈਟੇਗਰੀ ਦੀ ਮੈਡੀਸਨ ਜਿਵੇਂ ਐਡਵਿਲ ਅਲੀ ਆਈਬੂਪ੍ਰੋਫੇਨ, ਪਰ ਉਹਨਾਂ ਦੇ ਤਿੰਨ ਮੇਨ ਐਕਸ਼ਨ ਹੈਗੇ ਆ, ਇੱਕ ਹੈਗਾ ਪੇਨ ਲਈ, ਇੱਕ ਹੈਗਾ ਫੀਵਰ ਲਈ, ਇੱਕ ਇਨਫਲਮੇਸ਼ਨ ਲਈ। ਤੇ ਟੈਲਨੋਲ ਤਿੰਨੋਂ ਐਕਸ਼ਨ ਕਰਦੀ ਹੈ ਪਰ ਮੀਡੀਅਮ ਕਰਦੀ ਹੈ, ਪਰ ਜਿਹੜੀ ਗੋਲੀਆਂ ਜ਼ਿਆਦਾ ਇਨਫਲਮੇਸ਼ਨ ਨੂੰ ਇੰਪਰੂਵ ਕਰਦੀਆਂ ਜੋੜਾਂ ਦੀ, ਉਹੀ ਉਹ ਜ਼ਿਆਦਾ ਗੱਟ ਨੂੰ ਇਨਫਲਮੇਸ਼ਨ ਕਰਦੀਆਂ ਨੇ ਜੀ। ਗਿਵ ਐਂਡ ਟੇਕ, ਤੇ ਉਹ ਕੰਮ ਲਓ, ਜੇ ਜੋੜ ਜ਼ਿਆਦਾ ਤੰਗ ਕਰਦੇ ਕਿਸੇ ਦਿਨ ਲੈ ਲਓ, ਪਰ ਟੈਲਨੋਲ ਟੈਲਨੋਲ ਜ਼ਿਆਦਾ ਲਓ। ਡਾਕਟਰ ਸਾਹਿਬ, ਆਪਾਂ ਗੱਲ ਕਰਦੇ ਹਾਂ ਹੁਣ, ਤੁਸੀਂ ਆਪਾਂ ਗੱਲ ਕਰੀ ਛੋਟੀ ਆਂਤੜੀ ਤੇ ਕੋਲਨ ਦਾ ਕੀ ਰਿਸ਼ਤਾ ਹੈ? ਹਾਂਜੀ, ਛੋਟੀ ਅੰਤ ਦੇ ਬਾਅਦ ਸ਼ੁਰੂ ਹੁੰਦੀ ਹੈ ਵੱਡੀ ਅੰਤ ਕੋਲਨ। ਕੋਲਨ ਜਿਹੜਾ ਹੈਗਾ ਉਹਦੇ ਚ ਕੋਲਨ ਕੈਂਸਰ ਸੈਕਿੰਡ ਲੀਡਿੰਗ ਕੈਂਸਰ ਹੈਗਾ ਕੰਟਰੀ ਚ। ਇੱਥੇ ਅਸੀਂ ਹਰ ਮਹੀਨੇ ਸਾਨੂੰ ਇੱਕ ਦੋ ਕੇਸ ਮਿਲ ਜਾਂਦੇ ਨੇ, ਪਰ ਹਰ ਦਿਨ ਅਸੀਂ ਟਿਊਮਰਸ ਕੱਢਦੇ ਹਾਂ ਕੋਲਨਾਸਕੋਪੀ ਚ। ਹਰ ਤੀਸਰੀ ਕੋਲਨਾਸਕੋਪੀ ਚ ਸਾਨੂੰ ਐਡੀਨੋਮਾਸ ਮਿਲਦੇ ਨੇ, ਟਿਊਮਰਸ ਜਿਹੜੇ ਅਜੇ ਪ੍ਰੀ ਕੈਂਸਰਸ ਨੇ। ਤੇ ਜਦੋਂ ਦੀ ਕੋਲਨਾਸਕੋਪੀ ਪਾਪੂਲਰ ਹੋਈ ਹੈ ਲਾਸਟ 20 ਸਾਲਾਂ ਦੀ, ਤੇ ਇੰਨੇ ਟਿਊਮਰ ਕੱਢੇ ਲੋਕਾਂ ਨੇ, ਡਾਕਟਰਾਂ ਨੇ, ਤੇ ਕੋਲਨ ਕੈਂਸਰ ਡੈਥਸ ਹੈਵ ਡ੍ਰੌਪਡ, ਕੋਲਨ ਕੈਂਸਰ ਡੈਥਸ ਹੈਵ ਡ੍ਰੌਪਡ, ਬਟ ਕੋਲਨ ਕੈਂਸਰ ਅਜੇ ਵੀ ਸੈਕਿੰਡ ਕਾਮਨ ਹੈਗਾ। ਤੇ ਪਿਛਲੇ 10 ਸਾਲਾਂ 'ਚ ਯੰਗਰ ਪੀਪਲ 'ਚ 40 ਤੋਂ 50 ਦੀ ਏਜ ਦੇ ਜਿਹੜੇ ਹੈਗੇ ਆ ਉਹ 'ਚ ਕੋਲਨ ਕੈਂਸਰ ਵੱਧ ਗਿਆ, ਤੇ ਲੋਕਾਂ ਨੂੰ ਸਾਇੰਟਿਸਟ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਉਂ ਵਧਿਆ। ਕੁਛ ਲੋਕਾਂ ਦਾ ਖਿਆਲ ਹੈਗਾ ਕਿ ਸ਼ਾਇਦ ਓਬੇਸਿਟੀ ਦੇ ਨਾਲ, ਓਬੇਸਿਟੀ ਲਿੰਕ ਟੂ ਕੈਂਸਰ। ਦੂਜਾ ਇਨਫਲਮੇਸ਼ਨ ਹੋ ਸਕਦੀ ਹੈ, ਇਨਫਲਮੇਸ਼ਨ ਵੀ ਓਬੇਸਿਟੀ ਨਾਲ ਲਿੰਕ ਹੁੰਦਾ ਥੋੜ੍ਹਾ। ਤੇ ਇਸ ਕਰਕੇ ਕਿਉਂਕਿ ਵੱਧ ਗਿਆ ਹੈਗਾ ਯੰਗਰ ਪੀਪਲ 'ਚ, ਤੇ ਹੁਣ ਕੋਲਨਾਸਕੋਪੀ ਦੀ ਏਜ 50 ਸਾਲ ਤੋਂ ਡ੍ਰੌਪ ਕਰਕੇ 45 ਕਰਦੀ ਹੈ, 45 ਸਾਲ 'ਤੇ ਸ਼ੁਰੂ ਕਰਨੀ ਹੁਣ ਲੋਕਾਂ ਲਈ ਇੱਥੇ। ਤੇ ਸਰਪ੍ਰਾਈਜ਼ ਹੈ ਦੀ ਗੱਲ ਹੈਗੀ ਹੈ ਕਿ ਮਾਰਚ ਜਿਹੜਾ ਮਹੀਨਾ ਸੀਗਾ ਕੋਲਨ ਕੈਂਸਰ ਅਵੇਅਰਨੈਸ ਮੰਥ ਸੀਗਾ, ਤੇ ਇੰਨਾ ਵੱਡਾ ਚੇਂਜ ਹੋਇਆ ਕਿ 50 ਤੋਂ 45 ਦੀ ਏਜ ਡ੍ਰੌਪ ਕਰਦੀ, ਪਰ ਨਿਊਜ਼ ਪੇਪਰ 'ਚ ਦਿਖਿਆ ਨਹੀਂ, ਕਿਤੇ ਵੀ ਨਿਊਜ਼ 'ਚ ਨਹੀਂ ਆਇਆ ਖਾਸ ਨਿਊਜ਼ ਵਿੱਚ ਸਰਪ੍ਰਾਈਜ਼, ਕਿਉਂਕਿ ਵੈਸੇ ਤੇ ਪੁਰਾਣੇ ਸਾਲਾਂ 'ਚ ਤਾਂ ਮੈਂ ਦੇਖਿਆ ਕੋਲਨ ਕੈਂਸਰ ਅਵੇਅਰਨੈਸ ਦੇ ਕਾਫੀ ਬਾਜਾ ਵੱਜਦਾ, ਪਰ ਇਹਦੀ ਇਸ ਮਹੀਨੇ ਕੁਛ ਨਹੀਂ ਸੀਗਾ। ਡਾਕਟਰ ਸਾਹਿਬ, ਇੱਕ ਸਿਹਤਮੰਦ ਆਦਮੀ ਨੂੰ ਜਿਹਨੂੰ ਕਿ 45 ਸਾਲ ਤੱਕ ਕੋਈ ਬਿਮਾਰੀ ਨਹੀਂ ਹੈ, ਫਿੱਟ ਹੈ, ਆਪਣਾ ਕੰਮ ਕਰੀ ਜਾਂਦਾ ਹੈ, ਕਿ ਉਹਦੇ ਲਈ ਵੀ ਜ਼ਰੂਰੀ ਹੈਗਾ ਕੋਲਨੋਸਕੋਪੀ ਕਰਾਣੀ? ਹਾਂਜੀ, ਜਿਹੜੇ US ਤੇ ਕੈਨੇਡਾ ਦਾ ਡਾਟਾ ਤੇ ਕਲੀਅਰ ਹੈਗਾ ਕਿ 45 ਏਜ ਤੇ ਸ਼ੁਰੂ ਕਰ ਦਿਓ ਕੋਲਨੋਸਕੋਪੀ, ਕਿਉਂਕਿ ਕੋਲਨ 'ਚ ਜਿਹੜੇ ਟਿਊਮਰਸ ਜਾਂ ਈਵਨ ਕੈਂਸਰ ਹੁੰਦਾ ਉਹਦੇ ਜਨਰਲੀ ਸਿਮਟਮ ਨਾਲ ਨਹੀਂ ਪ੍ਰੈਜੈਂਟ ਕਰਦਾ, ਮੀਨਿੰਗ ਬੰਦੇ ਨੂੰ ਬਲੀਡਿੰਗ ਜਾਂ ਪੇਨ ਵੀ ਨਹੀਂ ਹੁੰਦਾ, ਤੇ ਕੋਲਨਾਸਕੋਪੀ 'ਚ ਟਿਊਮਰ ਮਿਲ ਜਾਂਦੇ ਨੇ। ਤੇ ਅਸੀਂ ਕਈ ਵਾਰੀ ਯੰਗ ਪੀਪਲ 'ਚ ਵੀ ਲੱਭਦੇ ਨੇ, ਤੇ ਕੋਲਨ ਕੈਂਸਰ ਅਸੀਂ 20s 'ਤੇ 30s 'ਚ ਵੀ ਦੇਖਿਆ। ਇੱਕ ਚੰਗੀ ਗੱਲ ਹੈਗੀ ਕਿ ਦੇਸੀ ਲੋਕਾਂ 'ਚ ਥੋੜ੍ਹਾ ਕੰਮ ਹੈ। ਵੈਸੇ ਤਾਂ ਕਹਿੰਦੇ ਨੇ ਡਾਟਾ ਕਿ ਜਦੋਂ ਅਸੀਂ 10 ਸਾਲ ਇਮੀਗ੍ਰੇਟ 10 ਸਾਲ ਹੋ ਗਏ ਇਸ ਕੰਟਰੀ 'ਚ, USA ਕੈਨੇਡਾ 'ਚ, ਤੇ ਸਾਡਾ ਰਿਸਕ ਬਰਾਬਰ ਹੈਗਾ ਲੋਕਲਸ ਦੇ ਬਰਾਬਰ, ਪਰ ਪ੍ਰੈਕਟੀਕਲੀ ਅਸੀਂ ਕੋਲਨ ਕੈਂਸਰ ਫੋਰਚੁਨੇਟਲੀ ਦੇਸੀਆਂ 'ਚ ਕੰਮ ਹੈਗਾ, ਪਰ ਇਨਫਲਮੇਸ਼ਨ ਜ਼ਿਆਦਾ ਹੈਗੀ ਹੈ। ਇੱਕ ਸਟੱਡੀ ਔਰ ਰਾਦਰ ਲਾਰਜ ਡਾਟਾ ਕੇਮ ਆਊਟ ਕਿ ਜਿਹੜੇ ਇੰਡੀਅਨ ਅਮੈਰੀਕਨ ਹੈਗੇ ਨੇ ਉਹਨਾਂ 'ਚ ਇਨਫਲਮੇਸ਼ਨ ਡਿਜ਼ੀਜ਼, ਕਰੋਨਸ ਡਿਜ਼ੀਜ਼ ਕਰਕੇ ਹੈਵੀ ਇਨਫਲਮੇਸ਼ਨ ਇਜ਼ ਐਜ਼ ਮਚ ਔਰ ਮੋਰ
ਦੈਨ ਐਸ਼ਕਨਾਜ਼ੀ ਜਿਊਜ਼। ਸਾਡੀ ਕਿਤਾਬਾਂ 'ਚ ਬਹੁਤ ਸਾਲਾਂ ਦਾ ਲਿਖਿਆ ਹੈ ਕਿ ਜਿਊਜ਼ ਐਸ਼ਕਨਾਜ਼ੀ ਜਿਊਜ਼ ਤੇ ਕੋਲ ਕ੍ਰੋਨ ਡਿਜ਼ੀਜ਼ ਸਭ ਤੋਂ ਜ਼ਿਆਦਾ ਹੈ, ਲੇਕਿਨ ਇੰਡੀਅਨ ਅਮੈਰੀਕਨ 'ਚ ਵੀ ਬਹੁਤ। ਡਾਕਟਰ ਸਾਹਿਬ, ਕੋਲਨ ਕੈਂਸਰ ਦੇ ਸਿੰਪਟਮ ਕੀ ਨੇ? ਮਤਲਬ ਇੱਕ ਬੰਦਾ ਜਿਹੜਾ ਬਿਲਕੁਲ ਸਿਹਤਮੰਦ ਹੈ ਉਹਨੂੰ ਵੀ ਹੋ ਜਾਂਦਾ, ਉਹਦੇ ਸਿੰਪਟਮ ਕੀ ਨੇ, ਤਾਂ ਕਿ ਉਹਨਾਂ ਨੂੰ ਅਵੇਅਰਨੈਸ ਮਿਲੇ ਕਿ ਅਗਰ ਮੈਨੂੰ ਇਹ ਥੋੜ੍ਹਾ ਜਿਹਾ ਸ਼ੁਰੂ ਹੋਇਆ ਤਾਂ ਮੈਂ ਡਾਕਟਰ ਨੂੰ ਦਿਖਾਵਾਂ। ਹਾਂਜੀ, ਜੇ ਜਿਸ ਬੰਦੇ ਨੂੰ ਬਲੀਡਿੰਗ ਸਟੂਲ 'ਚ ਹੋਏ ਜਾਂ ਬਾਵਲ ਪੈਟਰਨ ਚੇਂਜ ਹੋ ਜਾਏ, ਬਾਵਲ ਦੀ ਕੰਸਿਸਟੈਂਸੀ ਜਾਂ ਫ੍ਰੀਕੁਐਂਸੀ ਚੇਂਜ ਹੋ ਜਾਏ, ਜੇ ਜ਼ਿਆਦਾ ਜ਼ਿਆਦਾ ਜਾਂ ਕੰਮ ਹੋਣ ਲੱਗ ਜਾਏ ਬੋਡੀ 'ਤੇ, ਚੇਂਜ ਹੋ ਜਾਏ ਤਾਂ ਫਿਰ ਤਾਂ ਕੋਲਨਾਸਕੋਪੀ ਜ਼ਰੂਰ ਕੰਸੀਡਰ ਕਰਨੀ ਚਾਹੀਦੀ ਹੈ ਜੇ 40 ਸਾਲ ਤੋਂ ਉੱਤੇ ਹੈਗਾ। ਅਤੇ ਬਾਕੀ ਜਿਹੜੇ ਯੰਗ ਹੈਗੇ ਨੇ ਉਹਨਾਂ 'ਚ ਕੈਂਸਰ ਦੀ ਪੋਸੀਬਿਲਿਟੀ ਕਮ ਹੈਗੀ। ਪਰ ਦੁੱਖ ਦੀ ਗੱਲ ਹੈ ਕਿ ਮੋਸਟਲੀ ਕੋਈ ਸਿਮਟਮ ਨਹੀਂ ਹੁੰਦਾ। ਅਸੀਂ ਜਿਹੜੇ ਕੋਲਮ ਕੈਂਸਰ ਜ਼ਿਆਦਾ ਮੋਸਟਲੀ ਲੱਭਦੇ ਨੇ ਅਤੇ ਉਹਦੇ 'ਚ ਜ਼ਿਆਦਾਤਰ ਲੋਕਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਕੋਈ ਸਿਮਟਮ ਕੋਈ ਵੀ ਨਹੀਂ ਸੀਗਾ। ਅਤੇ ਇਸ ਲਈ ਏਜ ਦੇ ਨਾਲ ਸ਼ੁਰੂ ਰਿਕਮੈਂਡਡ ਹੈਗੀ ਹੈ, ਨਾਟ ਵੇਟ ਫੋਰ ਸਿਮਟਮਸ। ਜੀ, ਤੁਹਾਡਾ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜਾ ਵੀ ਬੰਦਾ 45 ਸਾਲ ਤੋਂ ਉੱਪਰ ਹੈਗਾ ਜਾਂ 45 'ਚ ਪਹੁੰਚਿਆ, ਉਹਨੂੰ ਆਪਣੀ ਲਾਈਫ ਦੇ ਵਿੱਚ ਇੱਕ ਵਾਰੀ ਆਪਣੀ ਨਟ ਲਾਈਫ ਦੇ ਵਿੱਚ ਉਹਨਾਂ ਨੂੰ ਆਪਣੀ ਕੋਲਨੋਸਕੋਪੀ ਸ਼ੁਰੂ ਕਰਾ ਲੈਣੀ ਚਾਹੀਦੀ, ਤੇ ਕਿੰਨੇ ਕਿੰਨੇ ਅਰਸੇ ਬਾਅਦ ਫਿਰ ਕਰਾਉਣੀ ਚਾਹੀਦੀ ਹੈਗੀ। ਹਾਂਜੀ, ਜੇ ਕੋਈ ਟਿਊਮਰ ਪੋਲਿਪ ਨਹੀਂ ਮਿਲਦਾ ਕੋਈ ਵੀ ਅੱਛੀ ਸਾਫ ਕੋਲਨੋਸਕੋਪੀ ਹੈਲਦੀ, ਤੇ 10 ਸਾਲ ਲਈ ਮੌਜਾਂ, 10 ਸਾਲ ਲਈ ਕੋਈ ਡਰ ਨਹੀਂ, ਫਿਰ 10 ਸਾਲ ਬਾਅਦ ਕਰਾ ਲਓ। ਤੇ ਜੇ ਟਿਊਮਰ ਪੋਲਿਪ ਮਿਲਦੇ ਆ ਤੇ ਉਹਦੇ ਨਾਲ ਫਿਰ ਡਿਸੀਜਨ ਹੁੰਦਾ ਹੈ, ਗਾਈਡਲਾਈਨਸ ਹੈਗੀਆਂ ਸਾਡੀ ਕਿ ਕਿੰਨੇ ਪੋਲਿਪ ਕੱਢੇ ਤੇ ਕਿੰਨੇ ਸਾਈਜ਼ ਸੀਗਾ, ਉਹਦੇ ਹਿਸਾਬ ਨਾਲ ਫਿਰ ਦੱਸਦੇ ਆ ਕਿ 5 ਸਾਲ ਕਿ 7 ਸਾਲ। ਪਰ ਜੇ ਕਲੀਨ ਹੈਗਾ ਤੇ 10 ਸਾਲ ਲਈ ਛੁੱਟੀ। ਇਹ ਜਿਹੜਾ ਤੁਸੀਂ ਪ੍ਰੋਸੀਜਰ ਕਰਦੇ ਹੋ ਡਾਕਟਰ ਸਾਹਿਬ, ਕੀ ਇਹ ਬਹੁਤ ਔਖਾ ਹੈ ਕਿ ਬੰਦੇ ਨੂੰ ਬੇਹੋਸ਼ ਕਰ ਦਿੰਦੇ ਆ, ਵੀ ਕਿੱਦਾਂ ਕਰਦੇ ਹੈਗੇ ਪ੍ਰੋਸੀਜਰ? ਹਾਂਜੀ, ਪ੍ਰੋਸੀਜਰ ਪੇਨਲੈਸ ਹੈਗਾ, ਕੋਈ ਪੀੜ ਦਰਦ ਕੁਛ ਨਹੀਂ, ਕਿਉਂਕਿ ਸੈਡੇਟਿਵ ਦਿੰਦੇ ਆ ਨਾ IV 'ਚ, ਤੇ ਸੈਡੇਟਿਵ ਨਾਓਡੇਜ਼ ਇਜ਼ ਬੈਸਟ ਐਵਰ। ਤੁਰੰਤ ਹੀ ਬੰਦਾ ਸੌਣ ਲੱਗ ਜਾਂਦਾ ਤੇ ਬੇਹੋਸ਼ ਕਹਿ ਲਓ ਤੁਸੀਂ, ਪਰ ਬੇਸਿਕਲੀ ਜੇ ਉਹਨਾਂ ਨੂੰ ਅਸੀਂ ਸ਼ੇਕ ਕਰੀਏ ਜ਼ਿਆਦਾ ਤੇ ਉਹ ਬੰਦਾ ਅੱਖ ਖੋਲ ਸਕਦਾ, ਤੇ ਪਰ ਉਹਨਾਂ ਨੂੰ ਵੀ ਲੈਟ ਦੈਮ ਸਲੀਪ। ਤੇ ਜਦੋਂ ਪ੍ਰੋਸੀਜਰ ਖਤਮ ਹੁੰਦਾ ਤਾਂ ਮੈਡੀਸਨ ਇੰਨੀ ਸ਼ੋਰਟ ਲਿਵਡ ਹੈਗੀ ਹੈ ਕਿ ਬੰਦਾ ਕਾਫੀ ਅਲਰਟ ਜਾਂਦਾ ਹੈ। ਕਿੰਨੇ ਕੀ ਚਿਰ ਦਾ ਪ੍ਰੋਸੀਜਰ ਹੁੰਦਾ ਹੈ? ਪ੍ਰੋਸੀਜਰ ਸਿਰਫ ਜਿਹੜਾ ਸਕੋਪ ਅਸੀਂ ਟਾਈਮ ਲਾਉਂਦੇ ਹਾਂ ਅੰਦਰ, ਕਰੀਬ 5-1 ਮਿੰਟ ਲੱਗਦੇ ਆ ਸਾਨੂੰ ਟੂ ਟਰੈਵਲ ਅਪ ਦ ਕੋਲਨ, ਤੇ ਵਾਪਸੀ 'ਚ ਅਸੀਂ ਐਟਲੀਸਟ 10 ਮਿੰਟ ਅਸੀਂ ਲਾਉਣੇ ਚਾਹੀਦੇ ਨੇ ਅਕੋਰਡਿੰਗ ਟੂ ਗਾਈਡਲਾਈਨਸ ਐਟਲੀਸਟ। ਤੇ ਕਈ ਲੋਕ ਜ਼ਿਆਦਾ ਲਾਉਂਦੇ, ਕਈ ਕਮ ਲਾਉਂਦੇ ਨੇ, ਪਰ ਇਹ ਵੀ ਦੇਖਿਆ ਗਿਆ ਸਟੱਡੀ 'ਚ ਕਿ ਜੋ ਜੇ ਟਾਈਮ ਜ਼ਿਆਦਾ ਲਾਓ ਅੱਛਾ, ਤੇ ਪੋਲਿਪ ਹੋਰ ਟਿਊਮਰ ਪੋਲਿਪ ਜ਼ਿਆਦਾ ਮਿਲਦੇ ਨੇ। ਤੇ ਸਾਨੂੰ ਸਾਡਾ ਫਰਜ਼ ਹੈਗਾ ਕਿ ਅਸੀਂ ਆਰਾਮ ਨਾਲ ਕੋਲਨੋਸਕੋਪੀ ਕਰੀਏ ਤੇ ਟਿਊਮਰਸ ਨੂੰ ਲੱਭੀਏ ਤੇ ਕੱਢੀਏ। ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਕਿਹਾ ਕਿ ਤੁਸੀਂ ਜਦੋਂ ਤੁਸੀਂ ਕੋਲਨੋਸਕੋਪੀ ਕਰਦੇ ਹੋ ਤੁਸੀਂ ਹੋਰ ਅੱਗੇ ਜਾਂਦੇ ਹੋ, ਉਹਦੇ ਲਈ ਫਿਰ ਤੁਹਾਨੂੰ ਹੋਰ ਟਾਈਮ ਲੈਣਾ ਪੈਂਦਾ ਕਿ ਮਤਲਬ ਸਿਰਫ 2 ਮਿੰਟ 'ਚ ਹੋਰ, ਕਿਉਂਕਿ ਇੱਕ ਵੈਲਵ ਹੁੰਦਾ ਜਿਹੜਾ ਵਿੱਚ ਇੱਕ ਆਈਲੀਓਸੀਕਲ ਵੈਲਵ ਹੁੰਦਾ, ਤੇ ਸਾਡੀ ਟ੍ਰੇਨਿੰਗ ਹੈਗੀ ਹੈ ਇੰਨੀ ਕਿ ਅਸੀਂ ਉਹ ਵੈਲਵ ਨੂੰ ਜੇ ਚਾਹੀਏ, ਜੇ ਜ਼ਰੂਰਤ ਹੋਏ, ਜੇ ਪੇਸ਼ੈਂਟ ਕੰਪਲੇਨ ਹੈਗੀ ਹੈ, ਪੇਸ਼ੈਂਟ ਨੂੰ ਸਿਮਟਮ ਹੈਗੇ ਨੇ, ਦੈਨ ਸਾਨੂੰ ਸਾਡਾ ਫਰਜ਼ ਬਣਦਾ ਐਕਚੁਲੀ ਕਿ ਅਸੀਂ ਉਹ ਕਰੀਏ, ਲੇਕਿਨ ਨਹੀਂ ਵੀ ਕਰਦੇ ਨੇ ਲੋਕ। ਤੇ ਜਿਹੜੇ ਕੋਲਨੋਸਕੋਪੀ ਰੂਟੀਨ ਆਏ ਨੇ ਜਿਨ੍ਹਾਂ ਨੂੰ ਕੋਈ ਢਿੱਡ ਪੀੜ ਗੈਸ ਦੀ ਪ੍ਰੋਬਲਮ ਨਹੀਂ ਹੈ, ਉਹਨਾਂ ਨੂੰ ਅਸੀਂ ਕੋਲਨੋਸਕੋਪੀ ਚਲੋ ਕਰਕੇ ਆਈਲੀਓਸਕੋਪੀ ਨਾ ਕਰੀਏ ਐਕਸਟਰਾ, ਬਟ ਜਿਨ੍ਹਾਂ ਨੂੰ ਵੀ ਗੈਸ ਜਾਂ ਕੋਈ ਵੀ ਕੰਪਲੇਨ ਹੈ ਉਹਨਾਂ ਦਾ ਐਕਸਟਰਾ ਸਟੈਪ ਕਰਨਾ ਲਾਜ਼ਮੀ ਹੋਣਾ ਚਾਹੀਦਾ ਮੇਰੇ ਖਿਆਲ। ਲਾਜ਼ਮੀ ਹੈਗਾ। ਤੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵੀ ਤੁਸੀਂ ਕੋਲਨੋਸਕੋਪੀ ਕਰਦੇ ਹੋ ਤੇ ਜੇ ਥੋੜ੍ਹਾ ਜਿਹਾ ਵੀ ਕੋਈ ਪ੍ਰੋਬਲਮ ਜਗਾਈ ਦੇ ਤੇ ਤੁਸੀਂ ਅੱਗੇ ਵੀ ਥੋੜ੍ਹਾ ਜਿਹਾ ਕਰ ਲਓ, ਤਾਂ ਕਿ ਪੇਸ਼ੈਂਟ ਨੂੰ ਇੱਕ ਵਾਰੀ ਹੀ ਸਾਰਾ ਕੁਛ ਪਤਾ ਚੱਲ ਜਾਏ। ਜਿੱਦਾਂ ਕਿ ਆਪਾਂ ਦੇਖ ਰਹੇ ਹਾਂ, ਆਪਾਂ ਗੱਲ ਕਰ ਰਹੇ ਹਾਂ ਡਾਕਟਰ ਰਾਜਨ ਖੋਸਲਾ ਜੀ ਦੇ ਨਾਲ, ਤੁਸੀਂ ਜਾਇਓ ਨਾ, ਆਪਾਂ ਗੱਲ ਕਰਨੀ ਹੈ ਹਲੇ ਇੱਕ ਹੋਰ ਟੌਪਿਕ 'ਤੇ, ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਅਸੀਂ ਕਹਿੰਦੇ ਨੇ ਕਿ ਨਾ ਜਿੱਤ ਚਾਹੀਦੀ ਨਾ ਹਾਰ ਚਾਹੀਦੀ, ਇੱਕ ਮਿੱਤਰ ਚਾਹੀਦਾ, ਇੱਕ ਪਰਿਵਾਰ ਚਾਹੀਦਾ। ਮਿੱਤਰ ਜੇ ਡਾਕਟਰ ਹੋਵੇ ਤਾਂ ਉਸ ਤੋਂ ਵੱਡੀ ਗੱਲ ਹੀ ਕੀ ਹੈ, ਸੋਨੇ 'ਤੇ ਸੁਹਾਗਾ ਹੋ ਜਾਂਦਾ ਹੈਗਾ।
ਤਾਂ ਆਪਾਂ ਗੱਲ ਕਰ ਰਹੇ ਹਾਂ ਡਾਕਟਰ ਰਾਜਨ ਖੋਸਲਾ ਜੀ ਦੇ ਨਾਲ, ਜੋ ਕਿ ਅਰਜ਼ੋਨਾ ਦੇ ਬਾਸ਼ਿੰਦੇ ਨੇ ਸਾਡੇ ਨਾਲ ਜੁੜੇ। ਡਾਕਟਰ ਸਾਹਿਬ, ਆਪਾਂ ਸਾਰੀਆਂ ਗੱਲਾਂ ਤੇ ਪਹੁੰਚੇ। ਹੁਣ ਇੱਕ ਗੱਲ ਆਪਾਂ ਕਹਿੰਦੇ ਹਾਂ ਕਿ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਇੱਥੇ ਆ ਕੇ ਸੁਣਿਆ ਕਿ ਹੈਮਰਾਇਜ, ਬਵਾਸੀਰ, ਇਹ ਬਵਾਸੀਰ ਦਾ ਕੀ ਕਾਰਨ ਹੈਗਾ? ਕੀ ਇਹ ਵੀ ਤੁਹਾਡੇ ਜੀ ਆਈ ਨਾਲ ਹੀ ਰਿਲੇਟਿਡ ਹੈਗੀ ਹੈ? ਹਾਂਜੀ, ਜਿਹੜੇ ਇਨਲ ਰੀਜਨ ਹੈਗਾ ਬਾਟਮ, ਉੱਥੇ ਵੀ ਆਲ ਹੈਵ ਅ ਵੈਰੀ ਰਿਚ ਨੈਟਵਰਕ ਆਫ ਵੇਨਸ ਡਾਊਨ ਦੇਅਰ, ਤੇ ਉੱਥੇ ਜਦੋਂ ਵੇਨਸ ਵੱਡੀ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਹੈਮਰੋਇਡਸ ਕਹਿੰਦੇ ਨੇ, ਤੇ ਉਹਦੇ ਵੱਡੀ ਹੋਣ ਦਾ ਜਾਂ ਇਨਫਲਮੇਸ਼ਨ ਜਾਂ ਸਵੈਲਿੰਗ ਹੋਣ ਦਾ ਰੀਜ਼ਨ ਕਾਫੀ ਸਾਰੇ ਨੇ। ਇੱਕ ਬੇਸਿਕ ਰੀਜ਼ਨ ਹੈਗਾ ਕਿ ਕੌਨਸਟੀਪੇਸ਼ਨ ਤੇ ਸਟ੍ਰੇਨਿੰਗ ਨਾਲ ਉਹ ਵੇਨਸ ਸੁੱਜ ਜਾਂਦੀਆਂ ਨੇ, ਤੇ ਦੂਜਾ ਇਨਫਲਮੇਸ਼ਨ ਮੈਂ ਦੇਖਣਾ, ਬਹੁਤ ਇਨਫਲਮੇਸ਼ਨ ਨਾਲ ਕਾਫੀ ਫਰਕ ਪੈਂਦਾ, ਤੇ ਉਹਦੇ ਇਲਾਵਾ ਜਿਹੜੇ ਲੋਕਾਂ ਨੂੰ ਕ੍ਰੋਨਿਕ ਕਾਫ ਹੈਗੀ ਹੈ, ਖੰਘ ਰਹਿੰਦੀ ਹੈ, ਇੰਡੀਆ 'ਚ ਟੂਬਰਕਲੋਸਿਸ ਮਾਰੇ ਤੇ ਉਹਦੇ ਨਾਲ ਵੀ ਦੋਸ ਵੇਨਸ ਗੈਟ ਬਲੂਮਡ ਅਪ। ਤਾਂ ਟ੍ਰਿਕੀ ਥਿੰਗ, ਪ੍ਰੋਬਲਮ ਤਾਂ ਆਉਂਦੀ ਹੈ ਜੇ ਬੰਦੇ ਦੇ ਸਟੂਲ ਸੋਫਟ ਹੈਗੇ ਨੇ ਤੇ ਹੈਮਰੋਇਡ ਮਾਮੂਲੀ ਜਿਹੇ ਨੇ, ਪਰ ਫਿਰ ਵੀ ਇਚਿੰਗ, ਪੇਨ ਜਾਂ ਬਲੀਡਿੰਗ ਹੁੰਦੀ ਰਹਿੰਦੀ ਹੈ, ਤਾਂ ਫਿਰ ਮੈਨੂੰ ਇਨਫਲਮੇਸ਼ਨ ਰੂਟ ਕੌਜ ਮਿਲਦੀ ਹੈਗੀ ਹੈ। ਤੇ ਕਈ ਲੋਕ ਹੈਗੇ ਆ ਜਿਨ੍ਹਾਂ ਨੂੰ ਹੈਮਰੋਇਡੈਕਟਮੀ ਵਗੈਰਾ ਸਰਜਰੀ ਵੀ ਕਰਾ ਚੁੱਕੇ ਨੇ, ਫਿਰ ਵੀ ਸਿਮਟਮ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਬਾਡਮ ਤੇ, ਤੇ ਉਹਨਾਂ 'ਚ ਫਿਰ ਇਨਫਲਮੇਸ਼ਨ ਦਾ ਚਾਂਸਿਸ ਹੈਗੇ ਜ਼ਿਆਦਾ। ਡਾਕਟਰ ਸਾਹਿਬ, ਕੀ ਬਵਾਸੀਰ ਤੋਂ ਬੰਦੇ ਵੱਧਦਾ ਵੱਧਦਾ ਕੈਂਸਰ ਵੀ ਬਣ ਜਾਂਦਾ ਹੈ ਕਿ ਇਹ ਗਲਤ ਹੈਗਾ? ਨਹੀਂ, ਬਵਾਸੀਰ ਨਾਲ ਕੈਂਸਰ ਨਹੀਂ ਬਣਦਾ, ਪਰ ਸਕਿਨ ਕੈਂਸਰ, ਸਕੁਇਮਸ ਸੈਲ ਜਿਹੜਾ ਅਸੀਂ ਕਹਿੰਦੇ ਹਾਂ, ਸਕਿਨ ਕੈਂਸਰ ਕਦੀ ਕਦੀ ਉੱਥੇ ਐਗਜ਼ਿਟ ਤੇ ਹੋ ਸਕਦਾ, ਪਰ ਕੋਲਨ ਕੈਂਸਰ ਜ਼ਿਆਦਾ ਕਾਮਨ ਹੈ, ਉਹ ਰੈਕਟਮ 'ਚ ਹੋ ਸਕਦਾ, ਕੋਲਨ 'ਚ ਤੇ, ਬਟ ਬਵਾਸੀਰ ਹੈਮਰੋਇਡ ਦਾ ਕੈਂਸਰ ਦੇ ਨਾਲ ਕੋਈ ਰਿਸਕ ਨਹੀਂ। ਡਾਕਟਰ ਸਾਹਿਬ, ਜਦੋਂ ਆਪਾਂ ਫਾਈਂਡ ਕਰਦੇ ਹਾਂ ਕੋਲਨ ਦੇ ਵਿੱਚ ਕੈਂਸਰ ਹੈਗਾ, ਤੇ ਇਹਦਾ ਫਿਰ ਕੀ ਪ੍ਰੋਸੀਜਰ ਹੈ? ਅੱਗੋਂ ਉਸ ਸ਼ਖਸ ਨੂੰ ਕੀ ਕਰਨਾ ਚਾਹੀਦਾ, ਤੁਸੀਂ ਕਿੱਦਾਂ ਟ੍ਰੀਟ ਕਰਦੇ ਹੋ? ਹਾਂਜੀ, ਕੋਲਨ ਕੈਂਸਰ ਡਿਪੈਂਡ ਕਰਦਾ ਕਿੰਨਾ ਸਾਈਜ਼ ਹੋ ਗਿਆ ਤੇ ਕਿੰਨਾ ਇਨਵੇਡ ਹੋ ਗਿਆ, ਤੇ ਜਿਹੜੇ ਮੋਸਟ ਕੇਸਿਸ ਜਦੋਂ ਅਸੀਂ ਜਦ ਸਾਨੂੰ ਮਿਲਦੇ ਨੇ ਕੋਲਨਾਸਕੋਪੀ 'ਚ, ਤੇ ਉਹ ਕਾਫੀ ਵੱਡਾ ਟਿਊਮਰ ਹੁੰਦਾ ਹੈ, ਉਹ ਪਹਿਲੇ ਹੀ ਇਨਵੇਡ ਹੋ ਚੁੱਕਾ ਹੁੰਦਾ ਹੈ, ਐਂਕਰ ਹੋ ਚੁੱਕਾ ਹੁੰਦਾ ਹੈ, ਤੇ ਉਹਨੂੰ ਫਿਰ ਉੱਥੇ ਅਸੀਂ ਟੈਟੂ ਲਾ ਦਿੰਦੇ ਹਾਂ, ਉਹਨੂੰ ਇੰਡੀਆ ਇੰਕ ਕਹਿੰਦੇ ਆ, ਜੀਲ ਉਹਨੂੰ ਇੰਜੈਕਟ ਕਰ ਦਿੰਦੇ ਆ, ਤੇ ਉੱਥੇ ਉਹ ਟੈਟੂ ਬਣ ਜਾਂਦਾ ਕਿ ਇਹ ਸਰਜਨ ਨੂੰ ਦਿਸ ਜਾਏਗੀ ਇੱਥੇ ਹੈਗਾ ਟਿਊਮਰ, ਤੇ ਸਰਜਨ ਹੁਣ ਅੱਜ ਕੱਲ ਵੱਡਾ ਇਨਸੀਜਨ ਕਰਨ ਦੀ ਲੋੜ ਨਹੀਂ ਪੈਂਦੀ, ਉਹ ਲੈਪਰੋਸਕੋਪੀ 'ਚ 3-4 ਇਨਸੀਜਨ ਛੋਟੇ ਛੋਟੇ ਕਰਦੇ ਨੇ, ਉਹ 'ਚ ਇੰਸਟਰੂਮੈਂਟ ਪਾ ਕੇ, ਤੇ ਕਹਿੰਦੇ ਕਿੱਥੇ ਟੈਟੂ ਲਾਇਆ ਸੀਗਾ ਡਾਕਟਰ ਨੇ, ਤੇ ਉੱਥੇ ਜਾ ਕੇ ਉਹਨੂੰ ਇੰਸਟਰੂਮੈਂਟਸ ਨਾਲ ਉੱਥੇ ਕੱਟ ਕਰਕੇ ਸਟੇਪਲ ਲਾ ਕੇ ਜੋੜ ਵੀ ਦਿੰਦੇ ਨੇ, ਤੇ ਵਿਦਆਊਟ ਅ ਬਿਗ ਇਨਸੀਜਨ, ਤੇ ਉਹਦੇ ਨਾਲ ਫਿਰ ਰਿਕਵਰੀ ਕਾਫੀ ਜਲਦੀ ਹੋ ਜਾਂਦੀ ਹੈ। ਤੇ ਜੇ ਕੋਲਨ ਕੈਂਸਰ ਲਿਵਰ ਤੱਕ ਸਪਰੈਡ ਨਹੀਂ ਹੋਇਆ ਹੋਏ ਤਾਂ ਤੇ ਸਕਿਓਰੇਬਲ ਇਨ ਮੋਸਟ ਕੇਸਿਸ, ਜੇ ਲਿਵਰ 'ਚ ਜਾ ਚੁੱਕਿਆ, ਲੇਟ ਹੋ ਗਿਆ, ਤੇ ਫਿਰ ਵੀ 5 ਸਾਲ ਦੀ ਲਾਈਫ ਐਕਸਪੈਕਟੈਂਸੀ ਫਿਰ ਵੀ ਹੈਗੀ ਹੈ ਕੀਮੋਥੈਰੇਪੀ ਵਗੈਰਾ ਦੀ। ਪਰ ਕਈ ਲੱਕੀ ਬੰਦੇ ਹੁੰਦੇ ਨੇ, ਆਈ ਹੈਡ 2 ਕੇਸਿਸ, ਮੇਰੇ 1 ਮਹੀਨੇ 'ਚ 2 ਕੇਸ ਸੀਗੇ ਜਿਹੜੇ ਕੋਲਨਾਸਕੋਪੀ 'ਚ ਲੱਗਦਾ ਸੀਗਾ ਵੱਡੇ ਟਿਊਮਰ ਨੇ, ਪਰ ਦਿਖਦਾ ਸੀਗਾ ਕਿ ਇਹ ਅਜੇ ਕੈਂਸਰ ਨਹੀਂ ਲੱਗਦੇ, ਤੇ ਉਹਨਾਂ ਨੂੰ ਮੈਂ ਆਪ ਹੀ ਕੱਟਤਾ, ਕਿਉਂਕਿ ਸਾਡੇ ਕੋਲ ਇੰਸਟਰੂਮੈਂਟਸ ਹੁੰਦੇ ਨੇ ਕੋਲਨਾਸਕੋਪੀ 'ਚ, ਇੱਕ ਵਾਇਰਲੈਸ ਉਹ ਕਹਿ ਲਓ, ਤੇ ਉਹ ਵਾਇਰ ਜਾਂਦੀ ਹੈ, ਉਹ ਕੋਲ ਟਿਊਮਰ ਦੇ ਇਰਦ ਗਿਰਦ ਜਾ ਕੇ ਉਹਨੂੰ ਫੜ ਲੈਂਦੀ ਹੈ, ਤੇ ਉਹਨੂੰ ਫਿਰ ਕੌਡਰੀ ਦਾ ਪੈਡਲ ਅਸੀਂ ਦਬਾਉਂਦੇ ਹਾਂ, ਤੇ ਉਹ ਉਹਨੂੰ ਕੱਟ ਕਰ ਦਿੰਦੀ ਹੈ। ਤੇ ਉਹ ਜਿਹੜੇ 2 ਟਿਊਮਰ 1 ਮਹੀਨੇ 'ਚ ਕੈਂਸਰ ਸੀਗੇ, ਪਰ ਬਾਕੀ ਪੇਸ਼ੈਂਟ ਉਹਨਾਂ ਦੇ ਅਜੇ ਸਪਰੈਡ ਨਹੀਂ ਹੋਇਆ, ਤੇ ਉਹਨਾਂ ਨੂੰ ਸਰਜਰੀ ਦੀ ਵੀ ਲੋੜ ਨਹੀਂ ਪੈਣੀ ਲਾਈਕਲੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਵੀ ਤੁਸੀਂ ਕੈਪਸੂਲ ਵਾਲਾ ਕੈਮਰਾ ਵਿੱਚ ਪਾ ਦਿੰਦੇ ਹੋ, ਤੇ ਉਹਨੂੰ ਉਹ ਆਪਣੇ ਆਪ ਹੀ ਨਿਕਲ ਜਾਂਦਾ ਹੈ ਤੁਹਾਡੇ ਕੋਲਨ ਦੇ ਥਰੂ ਕਿ? ਹਾਂਜੀ, ਮਤਲਬ ਜਿਵੇਂ ਕਹਿੰਦੇ ਕਿ ਵੀ ਬੱਚੇ ਨੇ ਛੋਟੇ ਛੋਟੇ ਕਦੇ ਕੋਈ ਸਿੱਕਾ ਖਾ ਲਿਆ ਜਾਂ ਕੋਈ ਬਟਨ ਖਾ ਲਿਆ ਜਾਂ ਕੁਛ ਖਾ ਲਿਆ, ਤਾਂ ਉਹ ਆਪਣੇ ਆਪ ਨਿਕਲ ਜਾਂਦਾ ਕਿ ਉਹਦਾ ਵੀ ਕੋਈ ਪ੍ਰੋਸੀਜਰ ਹੁੰਦਾ ਹੈਗਾ? ਨਹੀਂ, ਉਹ ਕੈਪਸੂਲ ਸਿਲੀਕੋਨ ਕੋਟਡ ਬੜਾ ਸਲਿਕ ਹੁੰਦਾ, ਤੇ ਉਹਨੂੰ ਸਵਾਲੋ ਕਰਨ 'ਚ ਵੀ ਜ਼ਿਆਦਾ ਮੁਸ਼ਕਿਲ ਨਹੀਂ ਹੁੰਦੀ ਹੈ, ਵੱਡਾ ਚੰਗੇ ਸਾਈਜ਼ ਦਾ ਕੈਪਸੂਲ ਹੁੰਦਾ, ਲਾ ਲਓ ਮਲਟੀ ਵਾਈਟਮਿਨ ਦੀ ਟੈਬਲੇਟ ਚੰਗੀ ਸਾਈਜ਼ ਦੀ, ਉਸ ਉਹਨੇ ਸਾਈਜ਼ ਦਾ, ਤੇ ਉਹ ਸਟੂਲ 'ਚ ਨਿਕਲ ਜਾਂਦਾ ਆਰਾਮ ਨਾਲ।
ਤੇ ਬਾਕੀ ਜਿਹੜੇ ਕੋਇਨਸ ਵਗੈਰਾ ਵੀ ਤੁਸੀਂ ਐਗਜ਼ਾਮਪਲ ਚੰਗਾ ਦਿੱਤਾ ਤੇ ਛੋਟੇ ਬਟਨ ਤੇ ਸ਼ਰਟ ਦੇ ਤੇ ਕੋਈ ਪ੍ਰੋਬਲਮ ਨਹੀਂ ਤੇ ਕੋਇਨ ਦਾ ਵੀ ਕੋਇਨ ਦਾ ਸਾਈਜ਼ ਜਿੰਨਾ ਹੈਗਾ ਉਹਦੇ ਪਾਈਲੋਰਸ ਜਿਹੜਾ ਸਟਮਕ ਦਾ ਪਹਿਲਾ ਸਪਿੰਕਟਰ ਆਉਂਦਾ ਪਹਿਲੇ ਤੇ ਇਸਾਫੇਗਸ ਦਾ ਸਪਿੰਕਟਰ ਆਏਗਾ ਜੀ ਬਸ ਜੇ ਕੋਇਨ ਵੱਡੀ ਹੋਈ ਕੁਆਟਰ ਹੋਏਗਾ ਉਹ ਉੱਥੋਂ ਵੀ ਅਟਕ ਜਾਣਾ ਕਾਫੀ ਲੋਕਾਂ ਚ ਜੇ ਉਸ ਤੋਂ ਅੱਗੇ ਚਲਾ ਵੀ ਗਿਆ ਸਟਮਕ ਚ ਫਿਰ ਪਾਈਲੋਰਸ ਸਪਿੰਕਟਰ ਹੈਗਾ ਸਟਮਕ ਦੇ ਸਮਾਲ ਬਾਵਲ ਦੀ ਐਂਟਰੀ ਚ ਤੇ ਉਹ ਪਾਈਲੋਰਸ ਚ ਅਟਕ ਜਾਣਾ ਹੈ ਕੋਇਨਸ ਮੋਸਟਲੀ ਤੇ ਅਸੀਂ ਉਸ ਐਂਡੋਸਕੋਪੀ ਕਰਕੇ ਕੱਢ ਲੈਂਦੇ ਹਾਂ ਐਂਡੋਸਕੋਪੀ ਕਰ ਰਹੇ ਹੈ ਡਾਕਟਰ ਸਾਹਿਬ ਜਿਵੇਂ ਜਿਵੇਂ ਕਿਸੇ ਨੂੰ ਕੈਂਸਰ ਹੋ ਗਿਆ ਅਗਰ ਤੁਸੀਂ ਉਹਦਾ ਟ੍ਰੀਟਮੈਂਟ ਕਰਦੇ ਹਾਂ ਉਹ ਫਿਰ ਤੁਸੀਂ ਕਰਦੇ ਹੋ ਕਿ ਅੱਗੇ ਕੈਂਸਰ ਸਪੈਸ਼ਲਿਸਟ ਨੂੰ ਫਾਰਵਰਡ ਕਰ ਦਿੰਦੇ ਹੋ ਹਾਂਜੀ ਜੇ ਇਸਾਫੇਗਸ ਸਟਮਕ ਕੋਲਨ ਕੈਂਸਰ ਕੋਈ ਵੀ ਕੈਂਸਰ ਅਸੀਂ ਲੱਭਦੇ ਹਾਂ ਤੇ ਅਸੀਂ ਸਰਜਨ ਨੂੰ ਵੀ ਰੈਫਰਲ ਦੇ ਦਿੰਦੇ ਹਾਂ ਤੇ ਓਨਕੋਲੋਜਿਸਟ ਨੂੰ ਵੀ ਅਸੀਂ ਰੈਫਰਲ ਨਾਲ ਹੀ ਭੇਜ ਦਿੰਦੇ ਹਾਂ ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਹਾਂ ਆਪਣੇ ਸਟਮਕ ਦੀ ਇਸ ਸਾਰੀ ਚੀਜ਼ ਤੋਂ ਬਚਣ ਵਾਸਤੇ ਨਾ ਸਾਨੂੰ ਅੰਤਰ ਵਿੱਚ ਕੋਈ ਪ੍ਰੋਬਲਮ ਹੋਏ ਨਾ ਪੇਟ ਦੀ ਨਾ ਗਏ ਇਹਦੇ ਲਈ ਇੱਕ ਹਿਊਮਨ ਬੀਂਗ ਨੂੰ ਕੀ ਕਰਨਾ ਚਾਹੀਦਾ ਹੈ ਤੁਸੀਂ ਕੁਝ ਟਿਪਸ ਦੇਣਾ ਚਾਹੁੰਦੇ ਹੋ ਜਿਹੜੇ ਲਾਈਫ ਸਟਾਈਲ ਤੇ ਡਾਇਟ ਦਾ ਇੰਪੈਕਟ ਤੇ ਹੈਗਾ ਫਰਕ ਤੇ ਹੈਗਾ ਪਰ ਜੈਨੇਟਿਕਸ ਦਾ ਵੀ ਬਹੁਤ ਜ਼ਿਆਦਾ ਫਰਕ ਹੈ ਜ਼ਿਆਦਾ ਇੰਪੈਕਟ ਹੈਗਾ ਤੇ ਜੇ ਫੈਮਿਲੀ ਚ ਕੈਂਸਰ ਹੈਗੇ ਨੇ ਜੀ ਆਈ ਟ੍ਰੈਕ ਦੇ ਜਾਂ ਫੈਮਿਲੀ ਚ ਆਟੋ ਇਮਿਊਨ ਇਨਫਲਮੇਸ਼ਨ ਹੈਗੀ ਹੈ ਰੂਮਟੋਇਡ ਲੂਪਸ ਸੋਰਾਇਸਿਸ ਟਾਈਪ ਇਨਫਲਮੇਸ਼ਨ ਹੈਗੀ ਹੈ ਤਾਂ ਫਿਰ ਗਟ ਇਨਫਲਮੇਸ਼ਨ ਵੀ ਜ਼ਿਆਦਾ ਮਿਲਦੀ ਹੈ ਤੇ ਬਾਕੀ ਬੰਦਾ ਜੇ ਹੈਲਦੀ ਲਾਈਫ ਸਟਾਈਲ ਰੱਖੇ ਤੇ ਉਹਦੇ ਨਾਲ ਸਾਰੀ ਬਿਮਾਰੀਆਂ ਇੰਕਲੂਡਿੰਗ ਗਟ ਜਾਂ ਸਟਮਕ ਅਲਸਰ ਜਾਂ ਐਸਿਡ ਰੀਫਲਕਸ ਤੇ ਜੇ ਹੈਲਦੀ ਡਾਇਟ ਹੈਲਦੀ ਹੋਏ ਬੈਲੈਂਸ ਡਾਇਟ ਹੋਏ ਲੋ ਕਾਰਬ ਲੋ ਫੈਟ ਮੋਰ ਪ੍ਰੋਟੀਨ ਤੇ ਸ਼ਰਾਬ ਤੇ ਸਿਗਰਟ ਦਾ ਸੇਵਨ ਨਾ ਹੀ ਕਰੇ ਤੇ ਬੈਟਰ ਹੈ ਕਿਉਂਕਿ ਸਿਗਰਟ ਦਾ ਤਾਂ ਸਾਰਿਆਂ ਨੂੰ ਪਤਾ ਹੈ ਕਿ ਸਮੋਕਿੰਗ ਇਜ਼ ਕਾਜ਼ ਆਫ ਕਾਰਸੀਨੋਜਨ ਕੈਂਸਰ ਕਰਦੀ ਹੈ ਪਰ ਐਕਚੁਲੀ ਸ਼ਰਾਬ ਨਾਲ ਵੀ ਲਿਵਰ ਕੈਂਸਰ ਬ੍ਰੈਸਟ ਕੈਂਸਰ ਪੈਂਕਰੀਅਸ ਕੈਂਸਰ ਦੇ ਇਨਕਰੀਜ਼ ਹੈਗਾ ਤੇ ਆਈਡੀਅਲੀ ਤੇ ਅਸੀਂ ਬਚਣਾ ਚਾਹੀਦਾ ਇਸ ਤੋਂ ਬਾਕੀ ਫੂਡ 'ਚ ਹੈਲਦੀ ਬੈਲੈਂਸ ਡਾਇਟ ਨਥਿੰਗ ਸਪੈਸ਼ਲ ਇਹ ਜਿਹੜੇ ਅਸੀਂ ਐਂਟਾ ਇਨਫਲਮੇਟਰੀ ਟਰਮਰਿਕ ਵਗੈਰਾ ਦਾ ਹੈਗਾ ਕਾਫੀ ਰੌਲਾ ਬਟ ਅਸੀਂ ਦੇਸੀਆਂ 'ਚ ਇੰਨੀ ਅਰਬਸ ਤੇ ਟਰਮਰਿਕ ਜਿੰਜਰ ਗਾਰਲਿਕ ਦੇ ਬਾਵਜੂਦ ਇਨਫਲਮੇਸ਼ਨ ਹੈਗੀ ਹੈ ਜ਼ਿਆਦਾ ਹੀ ਹੈ ਪਰ ਕੈਂਸਰ ਕੰਮ ਹੈਗਾ ਸਾਡਾ ਫੋਰਚੂਨੇਟਲੀ ਕਾਫੀ ਸਾਰੇ ਕੈਂਸਰ ਕੰਮ ਨੇ ਕੋਲਨ ਸਟਮਕ ਵਗੈਰਾ ਕੰਮ ਜੇ ਤੁਸੀਂ ਹਲਦੀ ਵਗੈਰਾ ਲੈਣੇ ਹੋ ਤਾਂ ਕੋਈ ਕਹਿ ਨਹੀਂ ਸਕਦਾ ਕਿ ਉਹਦੇ ਨਾਲ ਹੈ ਕਿ ਪਰ ਕੈਂਸਰ ਡੈਫੀਨੇਟਲੀ ਕੋਲਨ ਕੈਂਸਰ ਕੰਮ ਹੈਗਾ ਸਾਡੇ 'ਚ ਕੰਪੇਅਰ ਟੂ ਇੱਥੇ ਲੋਕਲ ਬਹੁਤ ਜ਼ਿਆਦਾ ਤੇ ਇਨਫਲਮੇਸ਼ਨ ਸਾਡੇ 'ਚ ਓਨੀ ਹੈਗੀ ਹੈ ਜਾਂ ਜ਼ਿਆਦਾ ਹੀ ਹੈਗੀ ਹੈ ਡਾਕਟਰ ਸਾਹਿਬ ਇੱਕ ਹੋਰ ਗੱਲ ਆਈ ਹੈ ਦਿਮਾਗ 'ਚ ਕਹਿੰਦੇ ਨੇ ਕਿ ਵੀ ਜਦੋਂ ਤੁਸੀਂ ਕਬਜ਼ ਜਦੋਂ ਜਿਹਨਾਂ ਨੂੰ ਹੁੰਦੀ ਹੈ ਉਹ ਵੀ ਰਿਲੇਟਿਡ ਟੂ ਵੀ ਸਟਮਕ ਤੋਂ ਉਹਦੇ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਹਿੰਦੇ ਦੁੱਧ 'ਚ ਘਿਓ ਪਾ ਕੇ ਪੀ ਲਓ ਇਸ ਦਾ ਰਾਈਟ ਕਿ ਉਹ ਸਾਨੂੰ ਇਫੈਕਟ ਕਰਦਾ ਕਬਜ਼ ਬਹੁਤ ਕਾਮਨ ਕੰਪਲੇਂਟ ਹੈਗੀ ਹੈ ਤੇ ਕਬਜ਼ ਦੇ ਬਥੇਰੇ ਨੁਸਖੇ ਨੇ ਦੇਸੀ ਤੇ ਉਹਦੇ ਇਲਾਵਾ ਡਾਇਟਰੀ ਤੇ ਮੈਡੀਸਨ ਬਹੁਤ ਨੇ ਤੇ ਉਹਨਾਂ 'ਚ ਤੁਸੀਂ ਜੇ ਪਹਿਲਾਂ ਤਾਂ ਬੇਸਿਕ ਤਾਂ ਹੈਗਾ ਕਿ ਤੁਸੀਂ ਹੋਰ ਫਾਈਬਰ ਕੰਜ਼ਿਊਮ ਕਰੋ ਤੇ ਉਹਦੇ ਇਲਾਵਾ ਤੁਸੀਂ ਪ੍ਰੋਬਾਇਓਟਿਕ ਇੱਕ ਕੈਪਸੂਲ ਲੈ ਸਕਦੇ ਹੋ ਰੋਜ਼ ਦਾ ਸਭ ਤੋਂ ਸਸਤਾ ਪ੍ਰੋਬਾਇਓਟਿਕ ਹੈ ਕੀ ਹੈਗਾ ਇਹ ਪ੍ਰੋਬਾਇਓਟਿਕ 'ਚ ਗੁੱਡ ਬੈਕਟੀਰੀਆ ਹੈਗੇ ਨੇ ਤੇ ਸਾਡੇ ਗੱਟ 'ਚ ਬੈਕਟੀਰੀਆ ਬਹੁਤ ਹੈਗੇ ਨੇ ਚੰਗੇ ਤੇ ਉਹਦੇ ਨਾਲ ਬਹੁਤ ਫਾਇਦੇ ਹੈਗੇ ਤੇ ਉਹਨਾਂ ਨੂੰ ਜੇ ਅਸੀਂ ਰਿਪਲੈਨਿਸ਼ ਕਰੀਏ ਉਹਦੇ ਇੰਪਰੂਵਮੈਂਟ ਕਰੀਏ ਤੇ ਸਾਨੂੰ ਗੱਟ ਸਿਮਟਮਸ 'ਚ ਤੇ ਸਾਰੀ ਬਾਡੀ 'ਚ ਫਾਇਦਾ ਹੋ ਸਕਦਾ ਤੇ ਪ੍ਰੋਬਾਇਓਟਿਕ ਬਹੁਤ ਜ਼ਿਆਦਾ ਚੋਇਸਿਸ ਹੈਗੇ ਤਾਂ ਕਨਫਿਊਜ਼ਨ ਹੋ ਜਾਂਦਾ ਕਿਹੜਾ ਲਈਏ ਤੇ ਐਕਚੁਲੀ ਨੋਬਡੀ ਕੈਨ ਸੇ ਕਿ ਕਿਹੜਾ ਵਾਲਾ ਤੁਹਾਨੂੰ ਬੈਸਟ ਹੋਏਗਾ ਕਿਉਂਕਿ ਹਰ ਗੱਟ ਡਿਫਰੈਂਟ ਹੈਗਾ ਗੱਟ ਬਾਇਓਮ ਡਿਫਰੈਂਟ ਨੇ ਤੇ ਸਭ ਤੋਂ ਸਸਤਾ ਸ਼ੁਰੂ ਕਰੀਏ ਇੱਕ ਕੈਪਸੂਲ ਗਮੀ ਨਹੀਂ ਕੈਪਸੂਲ ਲਈਏ ਤੇ ਜਦੋਂ ਫਿਨਿਸ਼ ਹੋ ਜਾਏ ਤੇ ਤੁਸੀਂ ਉਹਨੂੰ ਸਕੋਰ ਦੇ ਦਿਓ ਕਿ ਇਹਦੇ ਨਾਲ ਮੈਨੂੰ ਗੈਸ 'ਚ ਜਾਂ ਕੰਸਟੀਪੇਸ਼ਨ 'ਚ ਮੈਨੂੰ 20% 30% ਆਰਾਮ ਪਿਆ ਫਿਰ ਚੇਂਜ ਕਰ ਲਓ ਦੂਜਾ ਟਰਾਈ ਕਰੋ ਤੇ ਉਹਦੇ ਇਲਾਵਾ ਲੈਗਜ਼ਿਟਿਵ ਬਥੇਰੇ ਨੇ ਪਰ ਜੇ ਬੰਦੇ ਨੂੰ ਬੰਦੇ ਦੀ 40 ਤੋਂ ਉੱਪਰ ਉਮਰ ਹੈਗੀ ਹੈ ਤੇ ਕੰਸਟੀਪੇਸ਼ਨ ਜਾਂ ਬਾਵਲ ਕੰਪਲੇਨ ਕਬਜ਼ੀ ਹੋਏ ਤਾਂ ਫਿਰ ਕੋਲਨਾਸਕੋਪੀ ਜ਼ਰੂਰ ਕਰਾਈਏ ਬਹੁਤ ਜ਼ਰੂਰੀ ਹੈਗੀ ਹੈ ਇੱਕ ਸਵਸਥ ਬੰਦੇ ਨੂੰ ਇੱਕ ਇਹ ਤੁਸੀਂ ਪ੍ਰੋਬਾਇਓਟਿਕ ਤੇ ਅੱਜ ਗੱਲ ਕੀਤੀ ਹੈਗੀ ਹੈ ਤੇ ਇਹ
ਕਿੰਨੀ ਉਮਰ ਚ ਲੈਣੀ ਚਾਹੀਦੀ ਹੈਗੀ ਹੈ? ਅੱਜ ਕੱਲ ਤੇ ਹੁਣ ਪੀਡੀਆਟ੍ਰੀਸ਼ੀਅਨਸ ਉਹਨਾਂ ਦਾ ਜਿਹੜਾ ਬੱਚਿਆਂ 'ਚ ਡਾਟਾ ਹੈਗਾ ਉਹਦੇ 'ਚ ਫੇਵਰੇਬਲ ਡਾਟਾ ਬਹੁਤ ਆ ਰਿਹਾ ਅਤੇ ਉਹ ਤੇ ਹੁਣ ਨਿਆਣਿਆਂ ਨੂੰ ਵੀ ਐਡਵਾਈਸ ਕਰਦੇ ਨੇ ਪਏ ਨੇ ਅਤੇ ਹੁਣ ਤੇ ਮਿਲਕ ਫਾਰਮੂਲਾ 'ਚ ਵੀ ਹੁਣ ਪ੍ਰੋਬਿਓਟਿਕ ਵਾਲੇ ਆਉਣ ਲੱਗ ਗਏ ਨੇ ਅਤੇ ਏਜ ਦਾ ਕੋਈ ਉਹ ਹੈ ਨਹੀਂ ਹੁਣ ਰਿਸਟ੍ਰਿਕਸ਼ਨ, ਪਰ ਅਸੀਂ ਅਡਲਟਸ ਦੇਖਦੇ ਹਾਂ ਡਾਕਟਰ ਦੇ ਅਸੀਂ ਅਤੇ ਮੈਂ ਤਾਂ ਬਹੁਤ ਫਾਇਦੇ ਦੇਖਦੇ ਹਾਂ ਉਹਦੇ ਨਾਲ। ਜੀ 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 ਡਾਕਟਰ ਸਾਹਿਬ, ਤੁਹਾਡਾ ਸਾਨੂੰ ਵਕਤ ਦੇਣ ਦਾ ਅਤੇ ਸਾਡੇ ਸ਼ਰੋਤਿਆਂ ਨੂੰ ਇੰਨੀਆਂ ਅੱਛੀਆਂ ਗੱਲਾਂ ਦੱਸਣ ਦਾ ਅਸੀਂ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਕਰਦੇ ਹਾਂ। ਔਰ ਤੁਸੀਂ ਆਪਣਾ ਕੀਮਤੀ ਦੇ ਵਕਤ ਦਿੱਤਾ ਸਾਨੂੰ ਸਾਡੇ ਪੰਜਾਬੀ ਟੋਕ ਟਾਈਮ ਸ਼ੋਅ ਨੂੰ, ਇਹਦੇ ਲਈ ਵੀ ਜਾਂਦੇ ਜਾਂਦੇ ਕੁਛ ਤੁਸੀਂ ਕੁਛ ਟਿਪਸ ਦੇਣਾ ਚਾਹੁੰਦੇ ਹੋ? ਨਹੀਂ, ਆਈ ਥਿੰਕ ਥੈਂਕ ਯੂ ਸੋ ਮਚ ਮੈਨੂੰ ਮੌਕਾ ਦਿੱਤਾ ਤੇ ਜਨਤਾ ਨੂੰ ਐਜੂਕੇਸ਼ਨ ਦੇਣ ਦਾ ਤੇ ਹੋਪਫੁਲੀ ਇਟ ਹੈਲਪਸ ਪੀਪਲ। ਜੀ ਜਿਉ ਰਿਹਾ ਹੈ ਬੰਦਿਆ, ਜਿਉ ਰਿਹਾ ਤੂੰ ਬੰਦਿਆ, ਕੱਪੜੇ ਬਦਲ ਬਦਲ ਕੇ ਇੱਕ ਦਿਨ ਸਜਣਾ ਉੱਡਣਾ ਲੈ ਜਾਣਾ ਉਹਨਾਂ ਨੇ ਮੋਢੇ ਬਦਲ ਬਦਲ ਕੇ, ਅਤੇ ਤੁਸੀਂ ਇਹ ਦੇਖੋ ਕਿ ਇਹ ਜ਼ਿੰਦਗੀ ਦਾ ਇੱਕ ਸੱਚ ਹੈ। ਔਰ ਜੋ ਅੱਜ ਡਾਕਟਰ ਸਾਹਿਬ ਡਾਕਟਰ ਰਾਜਨ ਖੋਸਲਾ ਜੀ ਨੇ ਸਾਨੂੰ ਗੱਲਾਂ ਦੱਸੀਆਂ ਨੇ, ਅਤੇ ਅਗਰ ਆਪਾਂ ਉਹਨਾਂ ਨੂੰ ਫੋਲੋ ਕਰੀਏ ਤਾਂ ਜਾਣਾ ਤਾਂ ਸਾਰਿਆਂ ਨੇ ਹੀ ਹੈਗਾ, ਪਰ ਅਗਰ ਅਸੀਂ ਅੱਛੀ ਸਿਹਤ ਦੇ ਨਾਲ ਜਾਈਏ ਔਰ ਨਾ ਹੀ ਕਿਸੇ ਬਿਮਾਰੀ ਦੇ ਨਾਲ ਜੂਝਦੇ ਹੋਏ ਜਾਈਏ, ਉਹ ਸਾਡੇ ਲਈ ਵੀ ਅੱਛਾ ਹੈ, ਅਤੇ ਜਿਹੜੇ ਸਾਡੇ ਟੇਕ ਕੇਅਰ ਕਰਨ ਵਾਲੇ ਸਾਡੇ ਨਾਲ ਨੇ, ਸਾਡੇ ਪਰਿਵਾਰ ਵਾਲੇ ਸਾਡੇ ਮਿੱਤਰ ਨੇ, ਉਹਨਾਂ ਲਈ ਵੀ ਅੱਛਾ ਹੈ। ਇਸ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਵਿਦਾ ਲੈਂਦੇ ਹਾਂ। ਅਗਲੇ ਥਰਸਡੇ ਅਤੇ ਸ਼ੁੱਕਰਵਾਰ, ਵੀਰਵਾਰ ਸ਼ੁੱਕਰਵਾਰ ਤੁਹਾਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਸਾਡਾ ਵਿਦਾ ਲੈਣ ਦਾ ਟਾਈਮ ਆਇਆ, ਤੁਸੀਂ ਵਸਦੇ ਰਹੋ, ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਮੰਜੂ ਵਾਲਿਆ ਤੁਹਾਡੇ ਤੋਂ ਵਿਦਾ ਲੈਂਦੇ ਹੋ, ਡਾਕਟਰ ਸਾਹਿਬ ਤੁਹਾਡੇ ਤੋਂ ਵੀ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਸਤਿ ਸ਼੍ਰੀ ਅਕਾਲ। ਸ਼ੁਕਰੀਆ, ਥੈਂਕ ਯੂ।